ਅੱਜ ਕਸੀਦਾ ਸੁਣਦੇ ਪਏ ਮੁਨਤਜ਼ਰ ਮਹਿੰਦੀ ਦਾ ਲਾਹੌਰ ਵਾਲੇ ਦਾ ਲਿਹਾਜ਼ਾ ਉਹਦਾ ਜਵਾਬ ਅਲੀ ਨਾਸਰ ਤਲਾੜੇ ਨੇ ਅੱਲਾਹ ਉਹਦੀ ਜ਼ਿੰਦਗੀ ਕਰੇ ਉਸਨੇ ਉਹਦਾ ਜਵਾਬ ਉਹਨੂੰ ਦੇ ਦਿੱਤਾ ਉਹਨੇ ਆਖਿਆ ਕਦੇ ਮਾਂ ਅਤੇ ਭੈਣ ਅਤੇ ਬੀਵੀ ਬੈਠੀ ਹੋਵੇ ਅਤੇ ਕਦੇ ਬੀਵੀ ਮਾਂ ਰੰਗੀ ਲੱਗੀ ਹੈ ਤਲਾੜਾ ਸਾਹਿਬ ਨੇ ਕਿਹਾ ਹੈ ਵੀ ਘਰ ਦੇ ਵਿੱਚ ਬੈਠਿਆ ਹੋਇਆ ਕਦੇ ਬੀਵੀ ਭੈਣ ਲੱਗੀ ਆਈ ਮਾਂ ਲੱਗੀ ਆਈ ਵੀ ਮਾਂ ਮੇਰੀ ਬੀਵੀ ਹੈ ਉਹਨੇ ਆਖਿਆ ਉਸ ਵੇਲੇ ਹੋਸ਼ ਹੁੰਦਾ ਹੀ ਨਾ ਹੋਸ਼ ਵਿੱਚ ਪਤਾ ਹੈ ਵੀ ਆਹ ਬੀਵੀ ਹੈ ਅਤੇ ਆਹ ਮਾਂ ਹੈ ਅਤੇ ਆਹ ਭੈਣ ਹੈ ਉਹਨੇ ਆਖਿਆ ਅਲੀ ਜਲੀ ਰੰਗਾ ਨਹੀਂ ਲੱਗਦਾ ਉਹ ਉਹਨੂੰ ਮਨਾਉਣ ਵਾਸਤੇ ਸਜਦਾ ਕਰ ਰਿਹਾ ਹੈ ਮੇਰੇ ਨੌਜਵਾਨ ਬੇਟਿਓ ਇੱਕ ਬਹੁਤ ਬੜੀ ਸਾਜ਼ਿਸ਼ ਹੈ ਜੋ ਇਸ ਮਸਕੀਨ ਨੂੰ ਸਾਰਾ ਪਤਾ ਹੈ ਜੋ ਮੈਂ ਮਿੰਬਰ ਤੇ ਬਿਆਨ ਨਹੀਂ ਕਰ ਸਕਦਾ ਕੁਛ ਐਸੇ ਓਹਲੇ ਹੈ ਜਿਹੜੇ ਮੈਨੂੰ ਬਚਾਵਣਾ ਪਾਉਂਦਾ ਆਖਿਰ ਮੈਨੂੰ ਵੀ ਆਪਦੀ ਜ਼ਿੰਦਗੀ ਪਿਆਰੀ ਹੈ ਟਰੱਕਾਂ ਤੋਂ ਤਾਂ ਬਚ ਜਾਂਦੇ ਹਾਂ ਇਹਨਾਂ ਚੀਜ਼ਾਂ ਤੋਂ ਹੋ ਸਕਦਾ ਨਾ ਬਚਿਆ ਜਾਵੇ ਉਹ ਰਹੀਮ ਯਾਰ ਖਾਂ ਇੱਕ ਮੋਮਨ ਪਿਆਖੇ ਵਾਲਾ ਸਾਈ ਮਸ਼ਤਾਕਨ ਸਾਈ ਮੈਂ ਕਿਹਾ ਜੀ ਸਾਈ ਉਸ ਆਖਿਆ ਅਬੂ ਤੋਰਾ ਆਪਦੇ ਪੋਤਰੋ ਪੋਤਰੇ ਹੋ ਜ਼ਮੀਨ ਦੀਆਂ ਤਨਾਵਾਂ ਛਿੱਕ ਲਿਆ ਕਰੋ ਮੈਂ ਕਿਹਾ ਸਾਈ ਅਸਾਂ ਪੂਰੀਆਂ ਤਨਾਵਾਂ ਛਿੱਕਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਟਰੱਕ ਹੀ ਨਹੀਂ ਛਿੱਕਣ ਦਿੰਦੇ ਨਾ ਅੱਲਾ ਦੇ ਬੰਦੇ ਹਾਰਨ ਸੁਣਦੇ ਨੇ ਨਾ ਹੋਰਾ ਦਿੰਦੇ ਨੇ ਲਿਹਾਜ਼ਾ ਹਾਜ਼ਰੀਆਂ ਹਨ ਮੈਂ ਤਾਂ ਕਦੇ ਜ਼ਿਆਦਾ ਲਿਖੀਆਂ ਹੀ ਕਦੇ ਨਹੀਂ ਨਾ ਮੇਰੇ ਤੋਂ ਪੜ੍ਹੀਆਂ ਜੀਵਾਂਗੇ ਤੇ ਪੜ੍ਹਾਂਗੇ ਸੋਹਣੀ ਜੀ ਗੱਲ ਹੈ ਇੱਕ ਪੜ੍ਹ ਲਈਏ ਉਹ ਵੀ ਠੀਕ ਹੈ ਦੋ ਪੜ੍ਹ ਲਈਏ ਉਹ ਵੀ ਠੀਕ ਹੈ ਜ਼ਿਆਦਾ ਮੇਰੇ ਕੋਲ ਤਾਂ ਪੜ੍ਹੀਆਂ ਨਹੀਂ ਮੈਂ ਫਿਰ ਲਿਖੀ ਜਾਓ ਪੜ੍ਹਨੀਆਂ ਮੈਂ ਉਹੀ ਜਿਹੜੀਆਂ ਪੜ੍ਹੀਆਂ ਕਿਉਂਕਿ ਨਾ ਮੈਂ ਕਿਸੇ ਤੋਂ ਐਡਵਾਂਸ ਲੈਣਾ ਅਤੇ ਨਾ ਮੈਂ ਕੋਈ ਪੇਪਰ ਸਾਈਨ ਕਰਨੇ ਨੇ ਵੀ ਮੈਂ ਲਾਜ਼ਮੀ ਆ ਸਕਾਂ ਕੇਸ ਮੇਰੇ 'ਤੇ ਨਹੀਂ ਹੁੰਦਾ ਉਹਨਾਂ ਦੀ ਮਿਹਰਬਾਨੀ ਹੈ ਅਤੇ ਉਹ ਮੇਰੇ ਨਾਲ ਕੋਈ ਗੜਬੜ ਵੀ ਨਹੀਂ ਹੁੰਦੀ ਜੇ ਕੋਈ ਛੁੱਟ ਵੀ ਜਾਵੇ ਤਾਂ ਬੇਨਸਲੇ ਬੰਦੇ 'ਚ ਵਿਆਹ ਕੋਈ ਨਹੀਂ ਹੁੰਦਾ ਭਾਈ ਫਿਰ ਉਹਦਾ ਮਜਮਾ ਹੈ ਅਤੇ ਮੈਨੂੰ ਪਤਾ ਹੈ ਇਸ ਲਈ ਮੈਂ ਨਿੱਕੋਂ ਲਾ ਇੱਥੇ ਪੜ੍ਹਨ ਲੱਗਿਆ ਤਾਂ ਮੈਨੂੰ ਕਿਉਂ ਨਹੀਂ ਪਤਾ ਬੇਨਸਲਾ ਉਹ ਹੁੰਦਾ ਹੈ ਜਿਹਦੀ ਮਾਂ ਮੂਲੀ ਅਤੇ ਪਿਓ ਪਿਆਜ਼ ਜਦ ਮੈਂ ਨਕਵੀ ਸੱਯਦ ਹਾਂ ਅਤੇ ਉੱਚ ਵਾਲਿਆਂ ਤੋਂ ਵੀ ਅਸੀਂ ਵੱਡੇ ਦੀ ਔਲਾਦ ਹੈ ਸਾਡੇ ਕੋਲ ਸ਼ਜਰਾ ਇੱਕ ਨੰਬਰ ਹੈ ਉਹਦੀ ਕਾਪੀ ਉਹਨਾਂ ਕੋਲ ਹੈ ਇਸ ਲਈ ਮੈਨੂੰ ਕੋਈ ਰੋਲਾ ਹੀ ਨਹੀਂ ਅਤੇ ਮੈਂ ਕਿਸੇ ਤੋਂ ਕਿਉਂ ਡਰਾਂ ਬਈ ਜਾਫਰੀ ਜਿਹੜੇ ਨੇ ਜਾਫਰੀ ਵੀ ਅਨਾਇਤ ਵੀ ਜਾਫਰੀ ਤੁਹਾਡੀ ਜਾਫਰੀ ਤੋਂ ਡਰ ਕੇ ਨਾ ਸ਼ਰਾਜ਼ੀ ਜਿਹੜੇ ਨੇ ਉਹ ਵੀ ਜਾਫਰੀ ਨੇ ਸ਼ਮਸੀ ਵੀ ਜਾਫਰੀ ਨੇ ਇਮਾਮ ਜਾਫਰ ਸਾਦਿਕ ਦੀ ਔਲਾਦ ਨੇ ਸ਼ਮਸੀ ਔਰ ਸ਼ਰਾਜ਼ੀ ਉਹ ਛੇਵੇਂ ਇਮਾਮ ਦੀ ਔਲਾਦ ਨੇ ਅਤੇ ਕਈ ਸ਼ਮਸੀ ਵੀ ਨਹੀਂ ਸ਼ਰਾਜ਼ੀ ਵੀ ਨਹੀਂ ਉਹ ਡਾਇਰੈਕਟ ਲਿਖਦੇ ਨੇ ਸੈਯਦ ਕਾਰਬ ਸ਼ਾਹ ਜਾਫਰੀ ਸੈਯਦ ਮਤਲੂਬ ਸ਼ਾਹ ਜਾਫਰੀ ਅਨਾਇਤ ਵੀ ਜਾਫਰੀ ਅਲੀ ਇਮਰਾਨ ਜਾਫਰੀ ਬਸ ਬੜਾ ਸ਼ੱਕ ਪਾਉਂਦੇ ਜੇ ਸ਼ੱਕ ਨਾ ਪਾਇਆ ਕਰੋ ਬੇਨਸਲੇ ਬੰਦੇ 'ਚ ਵਿਆਹ ਕੋਈ ਨਹੀਂ ਹੁੰਦਾ ਮੈਂ ਬਸੀਰਪੁਰੀਆ ਅਤੇ ਨੀਲੀ ਦਾ ਇਲਾਕਾ ਹੈ ਸਤਲੁਜ ਦਾ ਕਿਨਾਰਾ ਹੈ ਅਤੇ ਵੱਟੂ ਸਟੇਟ ਹੈ ਪਰੇ ਦੇ ਬੰਦੇ ਹੈ ਮੈਂ ਆਇਤਾਂ ਪੜ੍ਹ ਕੇ ਬੰਦੇ ਸ਼ੀਆ ਨਹੀਂ ਕੀਤੇ ਨਾ ਹਦੀਸਾਂ ਪੜ੍ਹੀਆਂ ਹਦੀਸ ਸੁਣਾ ਵੀ ਤੁਹਾਨੂੰ ਤੁਹਾਡਾ ਤਰਜਮਾ ਆਦ ਹੈ ਜੇ ਐਤ ਪੜ੍ਹੀਏ ਤੁਹਾਨੂੰ ਤੁਸੀਂ ਆਪ ਤਰਜਮੇ ਬਣਾਈ ਫਿਰਦੇ ਜੇ ਐਤ ਤਾਂ ਠੀਕ ਹੈ ਪਰ ਤਰਜਮਾ ਐਵੇਂ ਨਹੀਂ ਕੋਈ ਗੱਲ ਦੀ ਸਮਝ ਆਈ ਹੈ ਅਤੇ ਫਿਰ ਉੱਥੇ ਪਰੇ ਕਰਨੀ ਪੈਂਦੀ ਉੱਥੇ ਟੇਬਲ ਟਾਕ ਕਰਨਾ ਪਾਉਂਦਾ ਇਹ ਤਾਂ ਜੀ ਡੀ ਰੋਡ ਦੇ ਉੱਤੇ ਬੈਠੇ ਹੋ ਸਿਆਣੇ ਬੰਦੇ ਬੈਠੇ ਹੋ ਤੋ ਮੈਂ ਗੁਜ਼ਾਰਿਸ਼ ਕਰਦਾ ਪਿਆ ਵੀ ਬੇਨਸਲਾ ਉਹ ਹੁੰਦਾ ਹੈ ਜਿਹਦੀ ਮਾਂ ਮੂਲੀ ਅਤੇ ਪਿਓ ਪਿਆਜ਼ ਮੈਂ ਗਵੰਡ ਤਾਂ ਬੜੀ ਕੀਤੀ ਹੈ ਬੇਨਸਲਾ ਉਹ ਹੁੰਦਾ ਹੈ ਵੀ ਜਿਹੜਾ ਬੰਦਾ ਉੱਥੇ ਮਲਕ ਨਾ ਹੋਵੇ ਇੱਥੇ ਆਉਂਦਾ ਜਾਵੇ ਤੋ ਆਖੇ ਮੈਂ ਮਲਕੁਲ ਜ਼ਾਕਰੀਨ
ਸ਼ਾਕੀ ਪਾਉਣੇ ਨੇ ਨਾ ਲੋਕਾਂ ਨੂੰ, ਤੇ ਮੈਂ ਮੁੜ ਇਹ ਆਖਣ ਦਾ ਹੱਕ ਰੱਖਣਾ ਕਿਉਂਕਿ ਮੈਂ ਸੱਚਿਆਂ ਦਾ ਜ਼ਾਕਰ ਹਾਂ, ਸੱਚਿਆਂ ਤੇ ਸਲਵਾਤ ਤੇ ਕੂੜਿਆਂ ਤੇ ਲਾਨਤ ਹੈ, ਮੈਂ ਆਖਣ ਤੋਂ ਮੁੜਨਾ ਨਹੀਂ। ਜਿਸ ਬੰਦੇ ਨੂੰ ਆਪਣੇ ਸੱਕੇ ਪਿਓ ਤੇ ਯਕੀਨ ਨਹੀਂ, ਉਹ ਕੌਮ ਨੂੰ ਫਾਇਦਾ ਕੀ ਦੇ ਸਕਦਾ ਹੈ? لیکن دعا کر امام حسین اتھے مینو پہچان لے جو میرا میراثی مینو بہت بڑا ارمان ہے میرا مرشد صرف پہچان لے اور میرا میرا سیا پھر فرشتیاں دی مجال نہیں میرے پترو کتاباں تو انہوں سنائی جاندہ ہے جعفر جتوئی بھی تیاس فلوی بھی وہ ہن کونی ہے گئے وہ کونی ہے کتاباں وچوں پڑھیا نے تے انہوں سنایا ہے نا تے ہن تا ہیر وارشا جائن نہیں لگ دی پہ جیڑی میرے کول پئی ہے وہ تے مارکیٹ والی دوویں ملا لو اندے چوں کی بندیاں کڈنا وہ بدل گئی ہے تواڈے خلاف کتاباں لکھیاں گئیاں کتاب تے اعتبار نہ کرے میری گلا بول تے نہیں پڑھنی پئی نہیں مینوں ذاکری ساری آندی ہے میں کہ جے اگر انہاں کو سمجھا لاں تے ذرا ٹھیک رہے کیونکہ میں ایتھے پڑھدا پیا بڑے عرصے کا تو اس واسطے تھوڑا جا بچوں نوں سمجھا لاں کتاباں ساڈے خلاف لکھیاں جاندیاں کتاب تے اعتبار نہ کریا ہے میں پیانا بھی کتاب حرف آخر نہیں میں پیانا کہ تاریخ حرف آخر نہیں تاریخ اگر کتاب چ ملدی ہے نا تے مورخ اج میں تانوں مثال چ دینا تے تسی دل دی ڈائری تے نوٹ کر لو کہانی سناندا پیا پھر بدی میری گلاں نے کوئی رٹی ہوئی گل کوئی نہیں دو مورخ نے ہر چینل دے سما ٹی وی ایکسپریس نیوز اے آر وائی اپنا جیو نیوز وغیرہ وغیرہ عمران خان کا جلسہ ہے جی پھول نگر مثال دے رہا عمران خان کا جلسہ ہے پھول نگر وہ ایک لکھن والا ہے وہ جیڑی بیٹھی ہے یا بیٹھا ہے چینل تے اونوں لکھ کے آندا پیا 10,000 کرسی لگی رش اتنا پی گیا کہ بندے چھتاں تے ہو گئے کرسیاں تھوڑ گئیاں اچھا اون دے اندر ہے عمران خان دا پیار پیار دی وجہ تو آندا 10,000 کرسی لائی تھوڑ گئی بندے زیادہ ہو گئے نے کرسیاں ہور منگاونیاں پیاں اگوں دوجا جیڑا مورخ ہے وہ کیمرے والا بھاؤ کیمرے والے دے اندر وسدا ہے نواز شریف پیار دی بات ہے جنوں یزید نال پیار سی انہیں یزید دے حق چ لکھ دتا جنوں بتول دے پتر نال پیار سی انہیں اندے حق چ لکھ دتا کتاب عرف آخر نہیں قرآن عرف آخر ہے حسین بادشاہ حسین بادشاہ سمجھ لگی جی ماشاء اللہ قرآن عرف آخر ہے قرآن بھی عرف آخر تا ہے جڑا جنوں سمجھ آئی ویسے تو امامے والے بھی پڑھتے پے ساڈے مولوی نہیں پڑھ رہے لیکن سمجھ کوئی نہیں امامے والے تو اتنا ڈریا بھی نہ کرو ذاکر ڈر جاندے نے مینوں بڑا پتہ ہے یہ عربی جاندے جے فارسی جاندے جے فقہ جاندے جے انہاں نوں تاریخ دا ایڈا کوئی نہیں پتہ ٹوپی والے نوں گھنا پتہ ہے زندگی کر تو گزارش یہ کہ قرآن بیٹے حرف آخر ہے قرآن حرف آخر ہے قرآن وچ ہے اندے تے عمل کرو بسم اللہ الرحمن الرحیم
میں ذاکر ہاں, سنی سنن تاں بسم اللہ, شیعہ سنن تاں بسم اللہ, پھر شیعہ سنن تاں بسم اللہ, پھر اور شیعہ سنن تاں بسم اللہ, اہل حدیث سنیں تاں بسم اللہ, مینوں کوئی فرق نہیں پیندا, بہ جاؤ سنو. قرآن وچ ہے بسم اللہ الرحمن الرحیم, قل اسالکم علیہ اجرا الا المودۃ فی القربٰ. قرآن ٹک لگ گیا. یہ کدو آیت آئی, کیوں آئی, آخر کوئی وجہ بنی ہے تو آیت آئی ہے, آخر کوئی واقعہ بنتا ہے تو آیت آئی ہے. ایکو ہستی ہے جن دے منہ چ نکلیا ہوا قرآن بھی بنے, حدیث بھی بنی, سمجھ گئے, قرآن بھی بنے حدیث بھی بنی. پہلے تین آدھے پتروں یہ دس لوا بھی حدیث تے آیت چ کی فرق, تاکہ اج میں ساری ونڈا کر جا, کیوں نہیں مول صاحب ہے ہی دس. حدیث بھی تو نبی دے منہ چ نکلی, آیت بھی آمنہ دے لال چ منہ چ نکلی, وہ قرآن بنیا وہ حدیث بنی. اچھا میں چلا گیا تھانے پھول نگر ایس ایچ او, آخیا کتنا جناب ایس ایچ او صاحب میرا نیت جعفری نال فلاں مسئلہ ہے وہ خلاف ایف آئی آر دو. سمجھو یہ میرا وہی پتر ہے, انہوں میں نشانہ بنا ہونا ہے, راشد بیٹھا ہے انہوں میں ذرا چھڈی کھڑوتا ہوں اس واسطے کہ وہ بانی بڑا ہے, تے شاید ان دے اندر کو رحم آ جائے میری پاروں میں, تے وہ ایسے چنچل باز ذاکراں تو باز آ جائے, تے اپنے اتے پہلے ولایت نفس کرنی پاؤندی ہے نا, جڑا منہ نال تا ولائتی نہ بنیا جاتا, چہنا کا بھی بننا پہنتا ہے مڑا. حدیث اس نو آدے نے کہ میں درخواست دیتی ہے ایس ایچ او صاحب بخدمت جناب ایس ایچ او صاحب عنایت جعفری میرا مرید ہے, لیکن میرے نال او دا لین دین دا مسئلہ ہے, او بڑے بندیاں نو میں کہیا, رانیاں نو میں کہیا, پیراں نو میں کہیا, مندا نہیں, لہذا اون دے خلاف ایف آئی آر دیو. او آندا ہے بھی او بھائی کوں دا ہے, پھول نگر دا ہے, اوندا کسے وڈے نال تعلق سی, کسے ایم پی اے نال تعلق سی, بصیر پورا لوکاڑے نال تعلق ہے, ایک قصور نال, مینوں عنایت بہتر ہے میں اوندے خلاف ایف آئی آر نہ دیاں, او مینوں تلخان دے. میں چلا جانا ڈی پی او کول, ڈی پی او گسٹڈ افسر ہے, انہوں کوئی غرض نہیں, باہم ایم پی اے دے خلاف درخواست ہوگی وہ لکھ دیندہ ہے رجسٹر ٹو کیس, اتے لا دیندہ ہے مور, او دروان دے اپریٹر نو کے فون ملا پھول نگر والے تھانے نو, وہ فون ملان دے ایسے چنو آ دے بھی پیر مشتاق شاہ ہے, میں درخواست مار کر دیتی ہے, میں مور لا دیتی ہے, میں اتے لکھ دیتا ہے فوری ایف آئی آر دے کے ایف آئی آر دی نقل انہوں دے, اس تو زیادہ میں آسانی پیدا نہیں کر سکتا. ڈی پی او جڑا لکھا ہے نا رجسٹر ٹو کیس ہوندا نا آیت ہے, جڑا فون کیتا سو ہوندا نا حدیث ہے. دیکھو بیٹے راتاں لگ جاندیاں نے گلاں یاد کرن لگ, کئی کئی راتاں لگ جاندیاں نے, جس لئے تسی چھڑا سر چا لاندے او لرمان لگدا ہے, دکھ لگدا ہے. اچھا کلا اسالکم علیہ اجرن الا المودت فی القربا, کہہ دے میرا رسول انہاں لوگوں نو میرے سالت دا اجر کچھ نہیں منگدا, میرے قریبیاں نال محبت کرو. اچھا یہ آیت کدوں آئی, کیوں آئی, کیویں آئی, آ جڑا بانی دیکھا کردا ہے نا یہ آدھے کولوں نہیں کردا, یہ نبی دی سنت تے عمل کردا. نبی بھی جدو 40 سال پریکٹیکل کر کے لوگوں چ بہن اٹھن دس کے بول چال دس کے جسلے اندر کریکٹر کردار نو من گئے تو انہاں کافراں مشرکاں نے مجبور ہوتے کہ آمنا دا لال اسی من گئے, تیرے تو وڈا صدیق ہی کوئی نہیں, تیرے تو وڈا امین ہی کوئی نہیں. ہاں جی من گئے, مطلب مسلمان تڑ پاؤن بھی یہ ساڈے لقب دیتے ہوئے, یہ مشرکاں نے دیتا ہے لقب مصطفیٰ نو, بت پرستاں نے لقب دیتا ہے, آمنا دلال تو صدیق ہے, تو امین ہے. رسول فرمایا میں جو آکھاں بھی ادھر پہاڑ تو پر فوج ہے تو تہاڈے تے حملہ کرن والی, تسی ویکھو تو نہ ہوئے تے تسی من جاسو. ابو جہل آکھیا میں پہاڑی تے چڑھ کے ویکھاں نا, تے اگر فوج نظر نہ آوے
ਮੇਰੀਆਂ ਅੱਖਾਂ ਚ ਰੌਲਾ ਪੈ ਸਕਦਾ ਹੈ, ਤੇਰੀ ਜ਼ੁਬਾਨ ਚ ਫਰਕ ਨਹੀਂ ਆ ਸਕਦਾ। रसूल ने दावत दिती है ना भी लंगर मैं पकाया तो खा लो, वो वड़ी वड़ी किताबों में लिखा हुआ है कि खावण के मामले अरब स्टेट बहुत अगे है, बहुत खाते है तो बड़ा कुछ खाते है। तो मैं वजात नहीं करता बाहर के खावण वास्ते आए, रसूल ने पहले लंगर करवा दिया जिंदी वजह तो बानी हूँ लास्ट लंगर दें दे। नबी पहले खुआ लिया, नबी आके खा लिया जे हूँ पवो तुम्हें मैं रुबाई सुनावा, मैं कसीदा सुनावा। बंदे लांग जनाब गेट गए, लो जी वक्री तकरीर शुरू करू है। वो जनाब देखो तो सारे जान नु तुसी सुनो, वड्डे वड्डे जाकर आवन ते तुसी सुनो, जिले बसीरपुर वाला पढ़े ते तुसी गेटों बाहर रहो। मैंने जिले राशिद कहना कि बाबा जी एक मजलिस पढ़ो, मैं कहना बेटे तुहाडा इलाका मैं पसंद ही नहीं करता, या तो अनायत नु कहो मिन्नत करे मोमना कि मेरे अगे भवन मैनू भी सुन, मैं भी जा करा। ये गल है नहीं, खुदा दी कसम तेरे ते मेरे मुर्शद रहमत लाल मिल ने किसी आम बंदे के शिकायत ही नहीं की, सीधा चाचे अबू ताला वल गया सीधा। बिस्मिल्लाह बिस्मिल्लाह रहमान रहीम। चाचे अबू तालिब ना चाचा, अरब लोग अरबी लोग मेरी गल नहीं सुनते, मैं मजलिस पढ़नी चाहना, मैं तौहीद दा प्रचार करना चाहना, मैं अपना दसना चाहना, ये मेरी गल नहीं सुनते, खा के चले गए। अबू तालिब फरमाया बेटा घबरा ना, इन्हें फिर दावत दे। जिसले फिर दावत दी ऐलान किया नबियां दे सुल्तान के लंगर पकाई बैठा, आओ खाओ, सारे फिर कट्ठे हो गए। अली दे बाबे ने ऐनी डांग ले ली ते गेट दे बूहे च हो बैठा, उन्हें आखा लै पुत्र राज के खिताब कर, उनकी वाहदानियत दस, अपनी नबूवत दस, मैं इन्हों का मूह से आना, इन्हों चो बाहर कदम केड़ा रखता है। कोई इवें समझांदा सी ना सादा मैं समझा। अच्छा रसूल फिर तारफ करवाया भाई मैं तुहाडे विच बचपना गुजारे, मैं तुहाडे च जवानी गुजारी, 40 साल दी मेरी जिंदगी तुहाडे नाल है, मैं किसे नूं दुखाया नहीं, मेरे च कोई नक्शे ते दसो नहीं, नहीं कोई नहीं, ठीक है मैं फिर अल्लाह दा नबी। वैसे मैं जिल्लै 12 रबीउल अव्वल दा जलूस कढ़ दिया ना, इल्लै सुन्नत ते सकूल च मास्टरां दे आए जिहड़े शिया ने ना, असी अली नू मन्ने ही नबी दी वजह तो है, जिवें नबी आख्या उवें अली नू मन्ने, कोलों तो मन्ने ही नहीं। वो 12 रबीउल मैं या रसूलल्लाह तेरी तो उम्मत ही कठी नहीं, एक 12 दूसरा 17 तीसरा 8 चौथा 9। रसूल फरमाया कोई भी सच्चा नहीं, कौन तो नबी आदम बैन अल माए व तीन, मैं उस वेले नबी आ जब आदम मिट्टी और हवा के दरम्यान बच आ। मैं हगाली मग गई, असि 12 रबीउल अव्वल जलूस कढ़ने ते नाल शामिल है बिरावां दे, तवज्जो है बाबा माशाल्लाह। तो नबियां दे सुल्तान फरमाया मैं किसे दा दिल नहीं दुखाया, मेरा चाल चलन तुसां देखे, मेरा इखलाक तुसां देखे, मैं अल्लाह दा नबी हां, मैं पैगाम लेके आया। केड़ा ऐ जिहड़ियां धीआं जमदियां जिंदा दफन कर देंदे हो ना, यह गलत कर दे, धीआं दा इहतराम करो। होर उन्हें आख्या भी जे मां बेवा हो जाए उस मां नाल निकाह हराम है, इहदा मतलब है बंदे करदे आए है ना, बंदे करदे आए मतरेईयां मावां नाल निकाह करदे आ, तो रसूल आख्या हराम है। ए जो ड्रामा मुंह शराब पींदे जे ए भी हराम है, कूड़ मार दियो हराम है, जुल्म कर दियो हराम है, हजूर मैसां पढ़ के लोगों नूं तकरीरां सुना के उन्हां च कुछ बंदे ईमान लै आए, ईमान लै आए, एक दूजे नूं आख्या बूटिया अनायत, नबी ने बड़ी मेहनत कीती अपने ते, बंदे आप चंगे नहीं है, गल समझे नहीं।
ਉਹਨੇ ਆਖਿਆ ਬੰਦੇ ਅਸੀਂ ਚੰਗੇ ਨਹੀਂ ਲੇਕਿਨ ਨਬੀ ਦੀ ਵਜ੍ਹਾ ਤੋਂ ਚੰਗੇ ਹੋ ਗਏ। ਆਪਾਂ ਤਾਂ ਸ਼ਰਾਬ ਪੀਂਦੇ ਆਏ ਤੇ ਧੀਆਂ ਜੰਮਦੀਆਂ ਦਫ਼ਨ ਕਰ ਦਿੰਦੇ ਆਏ, ਲੇਕਿਨ ਅਸੀਂ ਹੁਣ ਧੀਆਂ ਦਾ ਵੀ ਹਯਾ ਕਰਦੇ ਪਏ, ਸ਼ਰਾਬ ਵੀ ਛੱਡ ਦਿੱਤੀ ਹੈ, ਝੂਠ ਵੀ ਛੱਡ ਦਿੱਤਾ ਹੈ, ਸਾਰਾ ਕੰਮ ਛੱਡ ਦਿੱਤਾ, ਨਬੀ ਦੀ ਗੱਲ ਨੂੰ ਮੰਨ ਲਿਆ, ਹੁਣ ਅਸੀਂ ਚੰਗੇ ਹੋ ਗਏ। ਚੰਗੇ ਹੋਏ ਆਮਨਾ ਦੇ ਲਾਲ ਦੀ ਵਜ੍ਹਾ ਤੋਂ। ਆਪਾਂ ਇਹਨੂੰ ਕੋਈ ਫੀਸ ਨਾ ਦੇਵੀਏ। ਨਹੀਂ ਮੇਰਾ ਗੱਲ ਅਜੇ ਸਮਝਿਆ ਤੁਸੀਂ? ਚਲੋ ਕੋਈ ਨਿਆਸ ਦੇਵੀਏ, ਕੋਈ ਖਿਦਮਤ ਕਰੀਏ, ਕੋਈ ਤਾਂ ਸਮਝੋ, ਫੀਸ ਸਮਝੋ, ਉਜਰਤ ਸਮਝੋ, ਕੁਝ ਸਮਝੋ। ਇਹ ਸੁਨਤ ਰਸੂਲ ਤਵੱਜੋ। ਬੰਦੇ ਇਕੱਠੇ ਹੋ ਗਏ, ਅੱਜ ਫਰਕ ਹੈ, ਇੱਕ ਗਰੀਬ ਮੋਮਨ ਹੈ, ਬਾਨੀ ਹੈ, ਉਹ ਮੌਲਵੀ ਨੂੰ ਕਿਸੇ ਛੋਟੇ ਜ਼ਾਕਰ ਨੂੰ ਬੁਲਾ ਕੇ ਜ਼ਿਕਰ ਕਰਾ ਲੈਂਦਾ, ਕੋਈ ਪੈਸਿਆਂ ਵਾਲਾ ਵੱਡਾ ਹੈ, ਵੱਡੇ ਵੱਡੇ ਮੰਗਾ ਲੈਂਦਾ। ਅਤੇ ਇਹ ਤਾਂ ਸ਼ੁਰੂ ਤੋਂ ਗੱਲ ਲੱਗੀ ਆਈ, ਜਿਹੜਾ ਅਮੀਰ ਹੈ ਉਹਨੇ ਸੋਨਾ ਚਾ ਲਿਆ, ਜਿਹੜਾ ਮਿਡਲ ਕਲਾਸ ਆ ਉਹਨੇ ਚਾਂਦੀ ਚਾ ਲਈ, ਜਿਹੜਾ ਬਿਲਕੁਲ ਗਰੀਬ ਆ ਉਸ ਆਖਿਆ ਦਿਲ ਮੈਂ ਵੀ ਰੱਖਣਾ, ਅਮਨਾ ਦੇ ਲਾਲ ਨਾਲ ਪਿਆਰ ਮੈਨੂੰ ਵੀ ਹੈ, ਮਗਰ ਮੈਂ ਗਰੀਬ ਆ, ਉਹਨੇ ਪਾਈਆ ਜਿਉਂ ਚਾ ਲਿਆ। ਤੁਹਾਡੇ ਨਬੀ ਕੋਲ ਆ ਕੇ ਆਨੇ, ਸਲਾਮ ਅਲੈਕਾ ਸਲਾਮ, ਕਿਵੇਂ ਆਏ ਹੋ ਜੀ? ਤੁਹਾਨੂੰ ਕੁਛ ਉਜਰਤ ਦੇਵਣਾ ਹੈ, ਤੁਸੀਂ ਬੜੀਆਂ ਅੱਛੀਆਂ ਤਕਰੀਰਾਂ ਕੀਤੀਆਂ ਨੇ, ਸਾਨੂੰ ਬੰਦੇ ਦਾ ਪੁੱਤਰ ਬਣਾ ਦਿੱਤਾ, ਅਸੀਂ ਹੁਣ ਬੰਦੇ ਬਣ ਗਏ, ਅਸੀਂ ਉਜਰਤ ਦੇਣਾ ਚਾਹੁੰਦੇ ਹਾਂ। ਰਸੂਲ ਫਰਮਾਇਆ, ਮੈਂ ਨਾ ਨੋਤਕ ਦਾ ਜ਼ਾਕਿਰ ਹਾਂ, ਨਾ ਬਖਰ ਦਾ, ਨਾ ਮੈਂ ਜੰਗ ਦਾ, ਨਾ ਮੈਂ ਲਾਹੌਰ ਦਾ, ਨਾ ਬਸੀਰਪੁਰ ਦਾ, ਮੈਂ ਰਹਿਮਤ ਉਲ ਆਲਮੀਨ ਹਾਂ। ਮੈਂ ਬੇਟੇ ਨੋਤਕ ਬਖਰ ਆਦੇ ਕੋਲੋਂ ਗੱਲ ਕੀਤੀ ਹੈ, ਮਾਤਾ ਆਖੋ ਨਬੀ ਨੇ ਕੀਤੀ ਆਈ, ਤੁਸੀਂ ਫੌਰੀ ਇਤਰਾਜ਼ ਕਰ ਲੈਂਦੇ ਹੋ, ਮੈਂ ਕੋਲੋਂ ਗੱਲ ਕੀਤੀ ਸਮਝਾਉਣ ਵਾਸਤੇ। ਨਬੀ ਫਰਮਾਇਆ, ਮੈਂ ਜਿੱਥੋਂ ਤੱਕ ਖੁਦਾ ਦੀ ਖੁਦਾਈ ਹੈ, ਮੈਂ ਰਹਿਮਤ ਬਣ ਗਿਆ, ਮੈਂ ਰਹਿਮਤ ਉਲ ਆਲਮੀਨ ਹਾਂ। ਮੈਂ ਉਸ ਵਕਤ ਤੱਕ ਕੋਈ ਗੱਲ ਨਹੀਂ ਕਰਦਾ, ਹੋਂਠ ਨਹੀਂ ਹਿਲਾਉਂਦਾ ਜਦੋਂ ਤੱਕ ਮੈਨੂੰ ਆਰਡਰ ਨਾ ਕਰੇ। ਹੁਣ ਸੋਨੇ ਦੇਣ ਵਾਲਾ ਕਾਲਾ ਸੀ, ਉਹਨੇ ਹਜੇ ਮੁੜ ਪੁੱਛੋ ਜੀ ਪੁੱਛੋ, ਡਾਇਰੈਕਟ ਡਾਇਲੰਗ ਤੇ ਤੇਰੇ ਮੁਰਸ਼ਦ ਨੇ ਆਪਣੇ ਖਾਲਕ ਨਾਲ ਰਾਤ, ਮਾਲਿਕ ਮੈਨੂੰ ਤਬਲੀਗ ਕਰਨ ਦੀ ਉਜਰਤ ਦਿੰਦੇ ਨੇ। ਅੱਲਾ ਫਰਮਾਇਆ, ਮੈਂ ਤੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਔਕਾਤ ਜੇ ਬੰਦਿਆਂ ਦੀ। ਅੱਲਾ ਆਖਿਆ, ਮੈਂ ਤੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇਰੇ ਹੁੰਦੀ ਨੇ, ਆਪ ਇਹਨਾਂ ਨਾਲ ਗੱਲ ਕਰ। ਤੇ ਬੰਦੇ ਵੈਸੇ ਛੋਟੇ ਨਹੀਂ, ਆਇਓ ਮੇਰੇ ਅੱਲਾ ਬਈ, ਮੈਂ ਹੈਗਾ ਜ਼ਾਕਰ, ਮੈਂ 80,000 ਵਾਲਾ, ਵੀ ਅਗਰ ਤੁਸੀਂ ਦਾਤ ਦਿਓ ਤਾਂ। ਜ਼ਾਕਰ ਮੈਂ ਮਹਿੰਗਾ, ਮਗਰ ਮੰਗਦਾ ਨਹੀਂ, ਤਵੱਜੋ ਹੈ। ਉਹਨਾਂ ਆਖਿਆ, ਜਨਾਬ ਅੱਲਾ ਫਰਮਾਇਆ, ਇਹਨਾਂ ਨਾਲ ਆਪ ਗੱਲ ਕਰ, ਮੈਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਬੰਦੇ ਛੋਟੇ ਨੇ, ਇਹਨਾਂ ਦੀ ਸੋਚ ਛੋਟੀ ਹੈ, ਇਹਨਾਂ ਦਾ ਜ਼ਿਹਨ ਛੋਟਾ ਹੈ। ਮੇਰਾ ਮਹਿਬੂਬ, ਤੂੰ ਨਬੀਆਂ ਦਾ ਸੁਲਤਾਨ ਹੈ, ਤੇਰੇ ਤੋਂ ਵੱਡਾ ਵੀ ਕੋਈ ਨਹੀਂ, ਤੇ ਮੈਂ ਹਾਂ ਹੀ ਅਕਬਰ, ਮੇਰੇ ਤੋਂ ਵੱਡਾ ਵੀ ਕੋਈ ਨਹੀਂ। ਦੋਵੇਂ ਵੱਡੇ ਰਲ ਕੇ ਇਹਨਾਂ ਗਰੀਬਾਂ ਮਸਕੀਨਾਂ ਵਾਸਤੇ ਇੱਕ ਮਸਲਾ ਹੱਲ ਨਾ ਕਰ ਦੇਈਏ? ਉਹਨੇ ਆਖਿਆ, ਜੀ ਕੀ? ਉਹਨੇ ਆਖਿਆ, ਕੰਮ ਉਹ ਕਰੀਏ ਜੋ ਸੋਨਾ ਦੇਵਣ ਵਾਲਾ ਆਕੜ ਕੇ ਫਖਰ ਨਾ ਕਰੇ, ਜਿਉਂ ਦੇਵਣ ਵਾਲਾ ਸ਼ਰਮਿੰਦਗੀ ਮਹਿਸੂਸ ਨਾ ਕਰੇ। ਇਹਨਾਂ ਨੂੰ ਆਖ, ਮੈਂ ਅਜਿਹੇ ਰਿਸਾਲਤ ਕੁਝ ਨਹੀਂ ਮੰਗਦਾ, ਮੇਰੇ ਕਰੀਬੀਆਂ ਨਾਲ ਮੁਹੱਬਤ ਕਰੋ। ਦੱਸੋ ਵੀ ਮੁਹੱਬਤ ਅਮੀਰ ਕਰ ਸਕਦਾ ਤੇ ਗਰੀਬ ਨਹੀਂ ਕਰ ਸਕਦਾ? ਬੰਦਿਆਂ ਨੂੰ ਬਟੇਰਿਆਂ ਨਾਲ ਮੁਹੱਬਤ। ਆ ਨੈਟ ਤੇ ਤੋਤਾ ਵੇਖਿਆ, ਉਹ ਤੋਤੇ ਨੂੰ ਸਮਝਾਉਂਦਾ ਪਿਆ, ਆਂਦਾ ਯਾ ਅਲੀ ਮਦਦ, ਉਹ ਆਂਦਾ ਯਾ ਅਲੀ ਮਦਦ, ਉਹਨੇ ਆਖਿਆ ਲੱਭਿਆ ਯਾ ਹੁਸੈਨ, ਤੋਤਾ ਆਂਦਾ ਲੱਭਿਆ ਗਿਆ ਹੁਸੈਨ। ਡੁੱਬ ਮਰਨ ਦਾ ਮਕਾਮ ਹੈ ਨਾ ਵੀ ਬੰਦਾ ਜਾਨਵਰਾਂ ਨਾਲ ਪਿਆਰ ਕਰੇ ਤੇ ਬਤੂਲ ਦੇ ਪੁੱਤਰਾਂ ਨਾਲ ਪਿਆਰ ਦੀ ਵਾਰੀ ਹੋਵੇ ਤੇ ਆਖਿਆ ਮੌਲਵੀ ਤੋਂ ਪੁੱਛ ਲਵਾਂ। ਅੱਛਾ ਉਹ ਇਜ਼ਹਾਰ ਮੁਹੱਬਤ ਕੀ ਹੈ? ਅੱਛਾ ਤੂੰ ਫਿਰ ਅਹਿਲੇ ਬੈਤ ਦੇ ਮੁਤਲਕ ਹੈ, ਮੈਂ ਨਿੱਕੀ ਨਿੱਕੀ ਗੱਲ ਕਰ ਰਿਹਾ ਤਾਂ ਕਿ ਮੇਰੇ ਬੱਚੇ ਸਮਝ ਜਾਣ ਬੇਟੇ। ਅੱਗੋਂ ਫਿਰ ਜੇ ਮੈਂ ਸੈਯਦ ਆ ਨਾ ਤੇ ਮੈਨੂੰ ਪਤਾ ਇਹਦਾ ਨਾਮ ਰਾਸ਼ਦ ਹੈ, ਇਹਦਾ ਨਾਮ ਅਨਾਇਤ ਹੈ, ਇਹ ਇਲਮ ਹੈ। ਮੈਂ ਨਾਵਾਂ ਦਾ ਹਿਸਾਬ ਕਰਕੇ ਇਹਨਾਂ ਦਾ 10 ਸਾਲ ਅੱਗੇ ਵੀ ਦੱਸ ਦੇਣਾ, 10 ਸਾਲ ਪਿੱਛੇ ਵੀ ਦੱਸ ਦੇਣਾ। ਮੈਂ ਨਾ ਨਬੀਆਂ, ਨਾ ਇਮਾਮ, ਨਾ ਵਲੀ ਹਾਂ, ਇੱਕ ਖਾਕੀ ਬੰਦਾ। ਤਵੱਜੋ ਹੈ ਕਿਆ ਦਿਓ,
जिसले मैनू पता है बंदियां दा 10 साल पहले 10 साल बाद अल्लाह नूं नहीं पता सी भी 2021 दे विच अजे मौलवी होने ने जिन्हां ने आखना है भी हजूर दे अहल जिहड़े करीबी ने उह बीवियां वी हन तो साहबी वी हन उन्हें चादर दे थले 5 हस्तियां नूं इकट्ठा कीता फरिश्तियां ने आखा जी कौन ने उन्हें तारीफ फरमाया हम फातिमा मरकज का नाम लिया है रसूल का नाम नहीं लिया ये फातिमा है ये उनका बाप है ये उनका शौहर है ये उनके पुत्र ने अल्लाह ने आख्या फातिमा दे रिश्तेदार करीबी ने मुहम्मद दे रिश्तेदार करीबी नहीं है परचा हो गया बाकी भी हो गए 3-4 FIR हो जावन ते फिर बंदा पूरे पंजाब च नहीं पढ़ सकता तो होर कोई आ जाए क्योंकि दुश्मन की साजिश है उस साजिश के तहत उन्हें चलना है वो जाएगा काम तो लिहाजा मेहरबानी फरमाओ 70 बच्चा हो गया ना क्लास बेटे 70 बच्चों के इम्तिहान लवन वाला एक निगरान होंगे एक निगरान मैं चूंकि इम्तिहान दिता है तुहाडे चो भी बंदियां गईयां मैट्रिक तक प्राइमरी तक इम्तिहान दिते होने राशद असी सर्दियों के इम्तिहान आ गया ना असी जुराबा बूटियां लिख के लुबा ले जाते हैं जेड़ा पेपर उसी ना वो बूटी ला के हल कर सको है अच्छा वो जनाब ना नैत गल सुनिया कर लाकरी मेरी वक्री है वो बूटी ला दे उस एक निगरान का 70-80 बच्चों डर इतना होंगे भी कमरा इम्तिहान चो ना कट दे साडा इम्तिहान ना जाया हो जाए वो निगरान ही जो ये गल आखे भी जितने लड़के बैठे हो वेखो भी मेरे पास है वो सारे वेखण तो निगरान आखे भी तुहाडे सवालों का आए जवाब जे इनू वेख के परचा लिख लो सोच के दसो भी कोई बच्चा फेल होगा होगा बस इन्नी गल जे अल्लाह ने अपने नूर नालों नूर जुदा करके पांच तन पाक तुहाडे च भेजे ने भी इन्हां दी नकल करदे जाओ पुलिस रात लंघदे जाओ अगर इन्हां शहीदां ने अगर अल्लाह नूं सजदा कीता है ते फिर करो उन्हें ज़कात दी है फिर दो उन्हें सखावत की है फिर करो तवज्जो है इन्हों की नकल ही करनी है ना बशरीयत का लिबादा पुआ के बशरीयत का लिबास पुआ के तुहाडी आसानी वास्ते ये अल्लाह बूटी गली जेड़ा जेड़ा इन्हें 5-12-14 की नकल करता जा सी उन्होंने रस्ते कोई नाका ना पुछेगा वो सीधा पुलिस रात लंघ जाएगा फिर जिन्हों नहीं यकीन खलीफा अव्वल साहब ये रसूल हजरत अबू बकर फरमाते ने कोई बंदा उस वक्त तक पुलिस रात नहीं लंघ सकेगा जब तक उन्होंने अली लिख के ना दिता अल्लाह थोड़ी जिंदगी करे जेड़े बंदे आते पहले स्पीकर जुमे वाले दिन जेड़ा सीमेंट की गोरी देगा जन्नत च महल बन जास जेड़ा एक किट देगा जन्नत च महल बन जास मैं बना के वेखे एक किट नाल तां खुरा नहीं बनता मौलवी एवं झूठा लालच देता है बिलकुल टाउन तैयार है घर उत्थे मुकम्मल ने अल्लाह बना दिते है वो टाउन मुकम्मल है घर मुकम्मल ने सारी ऐश इशरतों के विच हैं अल्लाह ने वो टाउन अगर सेल कर दिता राशद मैं गल करन लग्या जरा दिल की डायरी ते नोट कर ले भाई फिर मेरा घर कोई नहीं
میں بصیر پور آیا اگر موسم خراب ہو جاوے مینوں رہنا پی جاوے اگر کسی وجہ تو میں رات رہا میرے واسطے ٹینشن نہیں مینو انیت جعفری آخنا شاہ جی کی کرتے پے ہو میرا گھر بھی تیرا گھر راشد آخسی شاہ جی کی کرتے پے ہو ایک ساڈے گھر تہاڈے گھر نے ساد شاہ آخسی جی میرا گھر تہاڈا گھر ہے مینو کوئی ٹینشن ہے نہیں نا پھر بندے دا پتر بن جنت دا سرکیا یہ جنت چ گھر لینے نہیں پھر جیڑا جنت جتھے گھر اپنا نہ ہوئے جنہ دے گھر ہونا انہاں نال تعلق تے چنگے بنا لینے چاہیے نا نماز پڑھا ہوں میں ذرا سر چ آ گیا اگے بسوریاں ماردا رہے وہ میں آپ کو مجبور ہاں رزق حلال نہیں ہوں جی میں یہ ہدایت نہ کرا ہاں جی مشکل وقت ہے مشکل زمانہ ہے بانی دشمن ہیں ذاکر دشمن ہیں بیگنا والے دشمن ہیں ٹاؤٹ دشمن ہیں نہ میں ٹاؤٹ نو سو دینا نہ میں نعرے مالیا نو سو دینا تے میں چٹے رڑے تے زندگی گزار رہا تے پھر بھی میں اتنا مصروف ہاں اس تو زیادہ موجہ میں ہور کوئی نہیں ملتا بزرگاں دے ہوندے آئے کچھی والے ذاکر کہ مجلس وچ ہوا دا جھولا تیز آ جاوے نا مجلساں برباد ہو جاندیاں تے میں شیعاں دے نقائص دس کے تے پھر مجلس پڑھی جو ہے میں بیٹھے 40 سال ہو گئے امام حسین دی مدا خانی کریں میں فیڈر پیندا ذاکر نہیں میں جتنے شیعہ کیتے نے شیعہ کرن دا طریقہ کار ہے جس لئے کسی شیعہ ہونا ہوئے مجلس سن کے یا کوئی میرے دلیلہ سن کے وہ میں کان چاہتا ہے شاہ جی ٹائم دیو میرے گھر آؤ میں غازی دالم لاونا ہے میں دیگاں کراں گا برادری بلاساں جنہ سلام دو میرے نال رکھی رکھ لاون جنہ چھڈنا ہے چھڈ جاواں تے میں شیعہ دا اعلان کردا پیا او منبر تے آ تے غلط کلمے نہیں سن دے ذاکراں کولو جنہ 27 لاکھ محرم دا لے اونے وی غلط پڑھایا تے جڑا عالمی شور دی آفت ہے اونے وی غلط پڑھایا آ دا ہی بندہ کھڑا کر کے کلمہ پڑھائی جاندا میں کدی نہیں کیتا نہ ایویں کوئی شیعہ ہوندا ہے گھر وچ علم لاندے دیگاں کردے اعلان کردے کہ سشیا ہو گئے سمجھ آئی کہ کوئی نہیں آئی بس مولا دا فرمان ہے عوام الناس حیوان کی مانند تانوں وکھاون واسطے لائے پروگرام تاں کردے داد بھی تاں ہی کردی فٹے داد بھی ایویں آئے داد مینوں تے نہیں ملے میں تاں ویسے پاگل ہو جاساں ہاتھ کم دے بکیے نماز پڑھا اپنی حسرت اپنی گل میری جڑی حسرت ہے بکیے نماز پڑھا نجف مکان ہوئے روضہ حسین میرے سمجھدا پیا ہے اور کو سمجھے نہ سمجھے تینوں تا پتا ہے میں ممبر تے او شے پڑھی ہے جڑی کسے نہیں پڑھی تے ابتدا میں کرنا بعد کو نقل کر لے میرے تے قصیدے بھی نہیں پڑھ دے قصیدے جی کوئی نو کو کام میں کیتا ہوندا ہے اللہ تہاڈی زندگی کرے شعر پڑھنا بڑی توجہ نبیاں دا ناز ہے ولیاں دا چین کوئی حسین
ਨਹੀਂ ਦਿੱਤੇ ਹੁਸੈਨ ਬਾਦਸ਼ਾਹ ਹੁਸੈਨ ਬਾਦਸ਼ਾਹ ਹੁਸੈਨ ਬਾਦਸ਼ਾਹ ਨਬੀਆਂ ਦਾ ਨਾਜ਼ ਹੈ ਵਲੀਆਂ ਦਾ ਚੈਨ ਕੋਈ ਹੁਸੈਨ ਮੁਕਦੀ ਮੁਕਾਵਾਂ ਗੱਲ ਖੁਸ਼ ਏ ਜਹਾਂ ਹੋਵੇ ਤਾਂ ਕੋਈ ਹੁਸੈਨ ਆਵੇ ਜੇ ਜ਼ਹਰਾ ਜੈ ਮਾਂ ਹੋਵੇ ਬਾਕੀ ਨੀ ਮਾਂ ਜਿਹੜੀਆਂ ਤੁਹਾਡੀਆਂ ਦਾਦਾ ਹਨ ਉਹਨਾਂ ਨਾਲੋਂ ਆ ਜਿਹੜੀ ਚੂੰਡੀ ਵਾਲੀ ਦਾਦ ਹੈ ਨਾ ਮੈਨੂੰ ਬੜੀ ਅਜ਼ੀਜ਼ ਹੈ। ਅੱਲਾ ਤੁਹਾਡੀ ਜ਼ਿੰਦਗੀ ਕਰੇ। ਤਵੱਜੋ ਕਰਨੀ ਹੈ, ਸ਼ੇਰ ਪੜ੍ਹਨਾ ਚਾਹੁੰਦਾ, ਆਪਣੇ 40 ਸਾਲ ਜ਼ਾਕਰੀ ਦਾ ਰਿਜ਼ਲਟ ਦੇਣਾ ਚਾਹੁੰਦਾ। ਸਾਰੇ ਲੋਕ ਗਵਾਹ ਹਨ, ਮੋਮਨ ਗਵਾਹ ਹਨ। ਮੌਲਾ ਫਰਮਾਉਂਦੇ ਨੇ ਇੱਕ ਸਾਂਸ ਕਾ ਨਾਮ ਜ਼ਿੰਦਗੀ ਹੈ, ਦੂਸਰਾ ਆ ਜਾਏ ਤੋ ਯੇ ਜਹਾਨ ਹੈ, ਨਾ ਆਏ ਤੋ ਵੋ ਜਹਾਨ ਹੈ। ਮੈਂ ਜ਼ਾਕਰੀ ਦੇ ਵਿੱਚ ਕਿਸੇ ਬੰਦੇ ਨੂੰ ਮੇਰੇ ਨਾਲ ਗਿਲਾ ਹੋਵੇ ਉਹ ਮੈਨੂੰ ਗਿਰੇਬਾਨ ਪਕੜ ਸਕਦਾ। ਮੈਂ ਸ਼ੇਰ ਪੜ੍ਹਨਾ ਬੜੀ ਤਵੱਜੋ। ਕਿਸੇ ਅਜ਼ਾਦਾਰ ਦਾ ਦਿਲ ਕਦੇ ਮੈਂ ਦੁਖਾਇਆ ਨਹੀਂ ਤੇ ਸ਼ੁਗਲ ਬਣਾਇਆ ਨਹੀਂ, ਨਾਜ਼ ਨਾ ਹਸਰਤ ਕੋਈ ਬੰਗਲਾ ਨਵਾਂ ਹੋਵੇ, ਕੱਚੀ ਭਾਵੇਂ ਕੁੱਲੀ ਹੋਵੇ ਪਰ ਲਮਾ ਦੇ ਛਾਂ ਹੋਵੇ। ਗੱਲਾਂ ਪੱਕੀਆਂ ਨੇ ਸਰਕਾਰ, ਗੱਲਾਂ ਪੱਕੀਆਂ ਨੇ ਸਰਕਾਰ, ਗੱਲਾਂ ਪੱਕੀਆਂ ਨੇ ਜਿਹੜੀਆਂ ਮੈਂ ਕੀਤੀਆਂ ਨੇ, ਇਧਰੋਂ ਸੁਣੋ ਤਾਂ ਵੀ ਪੱਕੀਆਂ ਜੇ, ਇਧਰੋਂ ਸੁਣੋ ਤਾਂ ਵੀ ਲੋਹੇ ਦੇ ਲੀਕ ਨੇ, ਗੱਲਾਂ ਇਹ ਹੀ ਹਨ ਜਿਹੜੀਆਂ ਮੈਂ ਕੀਤੀਆਂ। ਸਰਕਾਰ ਗੱਲਾਂ ਪੱਕੀਆਂ ਨੇ, ਸਰਕਾਰ ਗੱਲਾਂ ਪੱਕੀਆਂ ਨੇ, ਸਰਕਾਰ ਬਹਿ ਕੇ ਸੁਣ ਘਿਰੋ ਇੱਕ ਵਾਰ, ਗੱਲਾਂ ਪੱਕੀਆਂ ਨੇ ਸਭੀ ਕਰਾ ਲਿਆ। ਥੋੜੀ ਜਿਹੀ ਟੋਨ ਖੋਲੀ, ਬੜੀ ਮਿਹਰਬਾਨੀ, ਆਵਾਜ਼ ਨੱਪੀ ਗਈ ਹੈ। ਟੋਨ ਖੋਲੇਗਾ ਤੇ ਨਿਕਲ ਆਵੇਗੀ। ਮੇਰਾ 40 ਸਾਲ ਇਹਨਾਂ ਨਾਲ ਤਲਕ ਇਸ ਮਹਿਕ ਨਾਲ, ਮੈਂ ਕੋਈ ਅਨਾੜੀ ਨਹੀਂ ਹਾਂ। ਬੜੀ ਮਿਹਰਬਾਨੀ, ਬੇਸ ਘਟਾ ਲੈ, ਟੋਨ ਵਧਾ ਲੈ, ਕਿਉਂ ਜੀ ਫਰਕ ਪੈ ਗਿਆ? ਹਾਂ ਪੈ ਗਿਆ। ਤਵੱਜੋ ਦੇ ਨਾਲ ਸੁਣਨਾ ਹੈ। ਮੈਂ ਆਪਣੇ ਸ਼ੇਰ ਦਾ ਖੁਦ ਜ਼ਿੰਮੇਦਾਰ ਹਾਂ, ਮੈਂ ਆਪਣੇ ਕਸੀਦੇ ਦਾ ਬਾਈ ਫੇਰ ਵਾਲੇ ਖੁਦ ਜ਼ਿੰਮੇਦਾਰ ਹਾਂ। ਮੇਰੀ ਆਦਤ ਨਹੀਂ, ਪਿੱਛੇ ਮੌਲਵੀ ਬੈਠਾ ਹੋਵੇ ਨਾ ਤੇ ਜ਼ਾਕਰ ਆਉਂਦੇ ਨੇ, ਆਹ ਜਿਹੜੀ ਗੱਲ ਮੈਂ ਕਰਦਾ ਮੈਂ ਰੱਖੋ ਮੌਲਵੀ ਦੇ ਸਿਰ ਤੇ ਕੁਰਾਨ। ਅੱਲਾ ਦੇ ਬੰਦਿਓ, ਮੌਲਵੀ ਦਾ ਜੁਰਮ ਕੀ ਹੈ? ਇਹ ਗੱਲ ਤੂੰ ਕਰਦਾ ਪਿਆ, ਜ਼ਿੰਮਾ ਤੂੰ ਚੁੱਪ ਕਰ, ਪਰਚਾ ਤੂੰ ਜਲ ਮੌਲਵੀ ਦੇ ਸਿਰ ਤੇ ਕੁਰਾਨ। ਅੱਲਾ ਤੁਹਾਡੀ ਜ਼ਿੰਦਗੀ ਕਰੇ। ਮੈਂ ਆਪਣੇ ਕਸੀਦੇ ਦਾ ਖੁਦ ਜ਼ਿੰਮੇਦਾਰ ਹਾਂ। ਦਿਲ ਦੀ ਡੈਰੀ ਤੇ ਨੋਟ ਕਰ ਲਓ, ਦਿਮਾਗਾਂ 'ਚ ਬਾ ਲਓ, ਮੋਬਾਈਲਾਂ ਤੇ ਨੋਟ ਕਰ ਲਓ। ਮੈਂ ਨਹੀਂ ਆਦਾ, ਅਨੈਦ ਜਾਫਰੀ ਨਹੀਂ ਆਦਾ, ਕੋਈ ਮੌਲਵੀ ਨਹੀਂ ਆਦਾ, ਗੁਜ਼ਾਖਰ ਨਹੀਂ ਆਦਾ। 1,23,999 ਨਬੀਆਂ ਦਾ ਸੁਲਤਾਨ ਫਰਮਾਉਂਦਾ, ਮੈਂ ਹਾਂ ਇਲਮ ਦਾ ਸ਼ੇਹ, ਅਲੀ ਮੇਰਾ ਦਰ ਮਦੀਨਾ ਤੋਂ ਰੇਲਵੇ ਵਾਲੀ ਅਨੁਭਵ ਹਾਂ, ਮੈਂ ਹਾਂ ਇਲਮ ਦਾ ਸ਼ਹਿਰ, ਕਿੰਨਾ ਲੈਣਾ ਕਦੀ ਸੌਂਗ, ਮੈਂ ਹਾਂ ਇਲਮ ਦਾ ਸ਼ਹਿਰ, ਮੇਰਾ ਦਰ ਹੈ ਮੇਰੀ ਧੀ ਹਜ਼ਾਰਾ, ਮੇਰਾ ਜਿਗਰ ਹੈ ਹਸਾ
ਮੰਨ ਜਾਂਦੇ ਸਰਦਾਰ ਗੱਲਾਂ ਪੱਕੀਆਂ ਨੇ। ਅੱਲਾ ਤੁਹਾਡੀ ਜ਼ਿੰਦਗੀ ਕਰੇ ਬਹੁਤ ਸੋਹਣਾ ਸੁਣਿਆ। ਜਿਹਨੂੰ ਪਾਇੰਟਾਂ ਨਾਲ ਪਿਆਰ ਨਹੀਂ, ਉਹਦੇ ਕਲਮੇ ਤੇ ਇਤਬਾਰ ਨਹੀਂ। ਇਹ ਸ਼ੀਆਂ ਦੀ ਗੱਲ ਨਹੀਂ, ਇਹ ਅਹਿਲੇ ਸੁਨਤ ਭਾਈਆਂ ਦੀ ਗੱਲ ਹੈ। ਮੇਰਾ ਸਲਾਮ ਹੈ ਉਹਨਾਂ ਨੂੰ ਜਿਨ੍ਹਾਂ ਨੇ ਜੁਮਲਾ ਬਣਾਇਆ, ਪੂਰੀ ਦੁਨੀਆ ਤੇ ਪੂਰੇ ਵਰਲਡ 'ਚ ਮਸ਼ਹੂਰ ਹੋਇਆ, ਜਿਹਨੂੰ ਪੰਜ ਤਨ ਨਾਲ ਪਿਆਰ ਨੇ, ਉਹਦੇ ਕਲਮੇ ਤੇ ਇਤਬਾਰ ਨਹੀਂ। ਤੇ ਪਾਇੰਟਾਂ ਦੱਸਣੇ ਚਾਹੀਦੇ ਨੇ। ਪੰਜਾਂ ਵਾਲਾ ਨੂਰ ਰੱਬ ਨੇ ਆਪੇ ਬਣਾਇਆ। ਜ਼ਿੰਦਗੀ ਹੋਵੇ ਤੁਹਾਡੀ ਵੀ, ਜਿਹੜੇ ਦਾਤ ਦਿੰਦੇ ਪਏ ਹੋ ਤੇ ਜਿਹੜੇ ਨਹੀਂ ਦਿੰਦੇ ਪਏ, ਉਹ ਬੰਦੇ ਨੂੰ ਖਰਚ ਨਹੀਂ ਕਰਨਾ ਚਾਹੀਦਾ। ਜ਼ਾਕਰਾਂ ਨੂੰ ਮੈਂ ਆਹ ਨਾ, ਮੇਰਾ ਪੁੱਤਰ ਤੁਸੀਂ ਬਚੜ ਦੀ ਜਵਾਨੀ ਹੈ ਤੁਹਾਡੀ, ਕਿ ਤੁਸੀਂ ਜ਼ਾਕਰ ਮੋਮਨਾਂ ਨੂੰ ਜ਼ਲੀਲ ਨਾ ਕੀਤਾ ਕਰੋ। ਤੂੰ ਹੱਥ ਕਿਉਂ ਬੰਨੀ ਬੈਠਾ? ਤੂੰ ਚੁੱਪ ਕਰਦੇ ਕਿਉਂ ਬੈਠਾ? ਬੰਦਿਆਂ ਦੀਆਂ ਬੇਟੇ ਕਿਸਮਾਂ ਆਉਂਦੀਆਂ ਨੇ। ਕਈ ਕਈ ਬੰਦੇ ਨੇ ਜਿਹੜੇ ਪਿੰਡ 'ਚ ਬੋਲਦੇ, ਕਈ ਵਿਚਾਰੇ ਏਡੇ ਲਿਆਜ਼ੀ ਹੁੰਦੇ ਨੇ, ਆਪਣੀ ਸੱਕੀ ਬੀਵੀ ਕੋਲ ਚੁੱਲ੍ਹੇ ਤੇ ਬਹਿ ਕੇ ਦੂਜੀ ਵਾਰ ਰੋਟੀ ਨਹੀਂ ਮੰਗਦੇ। ਉਹਨਾਂ ਨੂੰ ਬੰਦਾ ਆਖੇ ਇੱਥੇ ਬੋਲੇ, ਕਿਵੇਂ ਹੋ ਸਕਦਾ ਹੈ? ਬੰਦਿਆਂ ਦੀਆਂ ਕਿਸਮਾਂ ਹੁੰਦੀਆਂ ਹਨ। ਜਿਹੜਾ ਸੁਣਦੇ ਪਏ ਹੋ ਸੋਹਣਾ ਸੁਣਦੇ ਪਏ ਹੋ, ਜਿਹੜੇ ਵਾਹ ਵਾਹ ਕਰਦੇ ਪਏ ਹੋ ਸੋਹਣਾ ਕਰਦੇ ਪਏ ਹੋ, ਜਿਹੜੇ ਵਿੱਚ ਨਹੀਂ ਕਰਦੇ ਪਏ ਭਲਾ ਉਹਨੇ ਸੁਣਦੇ ਤਾਂ ਪਏ ਹੋ। ਪੰਜਾਂ ਵਾਲਾ ਨੂਰ ਰੱਬ ਨੇ ਆਪੇ ਬਣਾਇਆ, ਪੰਜਾਂ ਵਾਲਾ ਨੂਰ ਰੱਬ ਨੇ ਆਪੇ ਬਣਾਇਆ, ਉੱਤੇ ਤਖਤ ਹੀਰ ਵਾਲਾ ਪਰਦਾ ਛਪਾਇਆ। ਹੀਰ ਵਾਲਾ ਹੀਰ ਵਾਲਾ ਇਹਨਾਂ ਦੀਆਂ ਸ਼ਾਨਾਂ ਨੇ ਵੱਡੀਆਂ, ਇਹਨਾਂ ਦੀਆਂ ਸ਼ਾਨਾਂ ਨੇ ਵੱਡੀਆਂ, ਇਹਨਾਂ ਨਾਲ ਰੱਬ ਨੂੰ ਪਿਆਰ ਗੱਲਾਂ ਪੱਕੀਆਂ ਨੇ। ਅਜੀਬ ਸ਼ੀਆ ਹੋਵੇ, ਅਸੀਂ ਸਾਧੇ ਸ਼ੀਆ, ਅਸੀਂ ਨਾ ਮੁਕੱਸਰ ਹੈ, ਨਾ ਅਸੀਂ ਗਾਲੀਆਂ ਹੈ, ਨਾ ਅਸੀਂ ਨੁਸ਼ਹਿਰੀਆਂ ਹੈ। ਮੁਕੱਸਰ ਦੁਸ਼ਮਣੇ ਅਹਿਲੇ ਬੈਤ ਹੈ, ਮੁਕੱਸਰ ਜਹਨਮੀ ਹੈ, ਮੁਕੱਸਰ ਲਾਨਤੀ ਹੈ। ਅਤੇ ਅਲੀ ਨੂੰ ਅੱਲਾ ਆਖਣ ਵਾਲਾ ਉਹਨੂੰ ਛੱਡ ਦੇਈਏ? ਅਸੀਂ ਸਾਧੇ ਸ਼ੀਆ ਹੈ, ਅਹਿਲੇ ਬੈਤ ਨੂੰ ਅਹਿਲੇ ਬੈਤ ਮੰਨਣੇ, ਅੱਲਾ ਨੂੰ ਅੱਲਾ ਬੰਨਣੇ। ਤਵੱਜੋ ਭਾਈ, ਤਵੱਜੋ, ਵਲੈਤ ਦਾ ਪਤਾ ਲੱਗਿਆ ਜੇ? ਇੱਕ ਮਨ ਕੁਣ ਤੋਂ ਮੌਲਾ ਦੀ ਹਦੀਸ ਨੂੰ ਸਿਰਫ ਰਾਏ ਵਿੰਡ ਵਾਲੇ ਨਹੀਂ ਮੰਨਦੇ, ਨਾ ਉਹਨਾਂ ਦੀ ਤਕਰੀਰ ਵਿੱਚ ਗੱਲ ਆਈ, ਨਾ ਬੇਟੇ ਉਹਨਾਂ ਦੀ ਤਹਿਰੀਰ ਵਿੱਚ ਆਈ। ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਬਈ, ਉਹ ਇਨਕਾਰ ਹੀ ਕਰਦੇ ਸਨ, ਇਹ ਹਦੀਸ ਹੀ ਕੋਈ ਨਹੀਂ, ਕੋਲੋਂ ਬਣਾਈ ਨੇ। ਬਾਕੀ ਜਿਵੇਂ ਸੁੰਨੀ ਮੰਨਦੇ ਨੇ, 52 ਸਿਲਸਿਲੇ ਤਸਵਫ ਦੇ, ਉਹ ਆਉਂਦੇ ਨੇ ਸਾਡਾ ਕੀਦਾ ਹੈ, ਉਸ ਵਕਤ ਤੱਕ ਕਿਸੇ ਬੰਦੇ ਦੀ ਕਬਰ 'ਤੇ ਦੀਵਾ ਨਹੀਂ ਬਲ ਸਕਦਾ ਜਦ ਤੱਕ ਉਹ ਵਲਾਇਤੇ ਅਲੀ ਦਾ ਕਾਇਲ ਨਾ ਹੋਵੇ। ਉਹ ਪੀਰੇ ਤਰੀਕਤ ਰਹਿਬਰੇ ਸ਼ਰੀਅਤ ਆਸਤਾਨਾ ਆਲੀਆ ਦੇ ਜਿਤਨੇ ਲੋਕ ਇਹਨੂੰ ਆਉਂਦੇ ਨੇ, ਸਾਡਾ ਮਰਕਜ਼ ਅਲੀਬ ਨੇ ਅਬੀ ਤਾਲਿਬ, ਤਸਵਫ ਵਾਲਿਆਂ ਦਾ ਮਰਕਜ਼ ਅਲੀਬ ਨੇ ਅਬੀ ਤਾਲਿਬ, ਉਹ ਮੰਨਦੇ ਨੇ ਜਿਤਨੇ ਸਿਲਸਿਲੇ ਹਨ, ਚਿਸ਼ਤੀ, ਕਾਦਰੀ, ਸੋਲਵਰ ਦੀ, ਨਕਸ਼ਬੰਦੀ ਵਗੈਰਾ ਵਗੈਰਾ, ਨਕੀਬੀਆ, ਕਸੂਰ ਵਾਲਾ, ਸਾਰੇ ਮੰਨਦੇ ਨੇ। ਇੱਕ ਇਹ ਨਹੀਂ ਮੰਨਦੇ ਆਏ, ਉਹਨਾਂ ਫਿਰਾਵਾਂ ਨੂੰ ਅਸੀਂ ਮਿਹਨਤ ਕਰਕੇ ਤਰਲਾ ਕਰਕੇ ਆਖਸਾ ਨਹੀਂ, ਮੰਨ ਜਾਓ, ਮੰਨ ਜਾਓ। ਉਹਨਾਂ ਵਿੱਚੋਂ ਸਾਡੇ 'ਤੇ ਫਿਰ ਅਹਿਸਾਨ ਹੋਇਆ, ਇੱਕ ਵੱਡਾ ਬੰਦਾ ਨਿਖੜ ਗਿਆ, ਜਿਹੜਾ ਇੰਟਰਨੈਸ਼ਨਲ ਬੰਦਾ ਹੈ, ਜਿਹਨੂੰ ਸਾਰੀ ਦੁਨੀਆ ਜਾਣਦੀ ਹੈ, ਮੌਲਾਨਾ ਤਾਰਕ ਜਮੀਲ ਸਾਹਿਬ, ਜਿਹਨੇ ਨੈਟ 'ਤੇ ਬਹਿ ਕੇ ਆਖਿਆ ਮਨ ਕੁੰਤ ਮੌਲਾ ਹੋ ਫਾਜ਼ਾ ਅਲੀ ਵਲੀ ਮੌਲਾ।
من گن تو مولا ہو فہذا ہے نہیں یہ مولا جس جس کا میں مولا ہوں اس اس کا علی مولا ہے اپنے مجمع نہیں راشد پیاندہ میں آپ کے چہروں پہ حیرانگی دیکھ رہا ہوں چہرے تیرانگی تو نہیں سی انہیں پہلی باری سنیا انہیں آخیا مولا دا مانا دوست نہیں مولا دا مانا آقا ہے سردار ہے نال انہیں تہاڈا نام لیا ہے بھی شیعہ جو کہتے ہیں وہ سچ کہتے ہیں علی کو مولا کہنا چاہیے تو انہوں نے سچا کیا ہے اچھا آیا انہیں سنیٹ تے گل کی تھی تے میں تو انہوں پتہ کھوجی بڑا ہاں میں پھر کھلے کھلے کڈ لینا وہ پھر رائے پنڈ اجتماعی دعا دے وچ انہاں کہا جی مولوی صاحب تسی دعا نہیں منگانی تہاڈا ساڈا کوئی تعلق نہیں وہ دعا تو انہوں بچارے نوں بجا دیتا میں ہن سوڑا ہویا چونکہ میں محرم پڑھنا وہ دے مخدوم علی رضا کول قریشیاں کول فخر امام کول میرا تعلق ہے ذمہ دار گھرانے دا بندہ ہے کافی موٹے ذمہ دار ہے انہیں کہا ٹھیک ہے دعا نہیں منگا انہیں اس محرم تو پہلے کوئی اور گل کر انہیں خیال بیت سے محبت نہ کرنا نفاق ہے کفر ہے منافقت ہے آل رسول سے پیار نہ کرنا نفاق ہے کفر ہے منافقت ہے اگر اہل بیت کی محبت سے کوئی مجھے شیعہ کہے تو سن لو زمانے والوں طارق جمیل شیعہ ہے طارق جمیل شیعہ ہے مجھے فخر ہے میں امام حسین کا ذاکر ہوں جو ہے تسی نہیں ویکھیا انہوں کا درس جڑا مردانہ ہے وہ فیصلہ باد اتوں پھر تلمبے آتے ہیں جہاں انہیں رقبہ خرید کے لیڈیز درس بنائے اس درس کا جڑا محتمم ہے انہیں آخیا جی قبلہ تسی درس چاہ سکتے ہو نماز مسجد پڑھ سکتے ہو تسی خدا نہیں گل دو تو درس بھی تو میرا ہی ہے پیسے میں نے لگائے انہیں آخر بس تھوڑے تو پابندی ہے خطاب نہیں کرنا پہلے اندر نال ایک ایلیٹ دا ڈالا ایلیٹ دا ایلیٹ تے پنجاب فورس پنجاب پولیس دا ایلیٹ ایک فورس ہے وہ ڈالا چلدا سی جس لیے انہیں آخر سن لو زمانے والوں طارق جی میں شیعہ ہے ہوں ایک رینجر دا بھی چلتا ہے ہوں پتا لگے جی ولایت کنو آدھے نے چڑا ولایت ولایت آخی جانا ولایت اپنے اوپر نفس کرنی جی اگر علی والا بننا ہی جھوٹ چھڈنا پوے گا علی والا بننا ہی شراب چھڈنی پوے گا علی والا بننا ہی تینوں کسی دی عزت نو نہیں تکنا چاہیے انہوں اپنی بہن تے ماں سمجھ اللہ تھوڑی زندگی کرے لوگ انگل سیدھا کرن تے آکھن اے ہو جے ہوندے نے علی والے بہت مہربانی تے جڑے نہیں قریب آندے پئے انہاں چوں بندے کوئی قطار جمیل نال رل گئے وہ بھی نال آ گئے جڑے انہاں دے مسلک دے بندے دور دور ودن میں تجربہ نہیں پا سکدا ایز اے سید میں منت کر سکنا انہاں بھراواں نوں یاد آپیا کیوں دور دور ودیو کیوں پیا بھلے نا خمد میدان نا بسم اللہ بسم اللہ حیدری بسم اللہ کیوں پہ اب لے خمد میدان نا ہاں کیوں پہ اب لے خمد میدان نا ہاں سونے نبی دے آخری اعلان نو تو جو ہے سونے نبی دے نبی نال کر کے تو ٹھگیا ہاں نبی نال کر کے تو ٹھگیا او کیویں لنگ سے پھل تو پار گلا پھکیا کیا بات ہے واہ واہ ماشاءاللہ خیالی قصیدہ ہے کوئی ایسی چیز ہے نیان جڑیاں ذاکری دے وچ خیال کہ میں ان کے کم پریز کروں گا نہ کر دو گے میں نہیں کروں گا میں اور جو ہے راشد قصیدہ پڑھ رہا اچھا جڑے بانی بیٹھے ہو تو تیار ہو گئے بانی سارے تیار ہو جاؤ میں تھوڑے کو کچھ منگوا لے بندے بوئے مل گئے منگن کا نام یا لیا نا سونگڑ سارا سوچا کہ چندہ منگو نہیں یار سلاح منگوں
میرا اپنا مزاج ہے میں تواڈے سارے کولوں سلاح منگنا اس قصیدے وچ ہے ہونا چاہیے میری ڈیمانڈ پتر ہے جا ہونا چاہیے ایم پی ہے جا ہونا چاہیے ذاکر ہے جا ہونا چاہیے بانی یہ ہو جا ہونا چاہیے توجہ ہے ہونا چاہیے یہ ڈیمانڈ ہے تے میری ڈیمانڈ ہے تے میں ہن ویکھنا انہاں وچوں جڑے کھڑے نے انہاں چوں بیٹھن سارے نوں یہ ہونا چاہیے کہ نہیں ہونا چاہیے سلاح لوں گا یار بھائی پھر وہ میرا ہی گھر ہے میرا وطن ہی سمجھو نہ لگو کہڑا شروع ہو جاتا تے رلے پے نے سارے میں ہوں اتنے کہڑا کوئی ایڈا دوروں آیا کھلوتا جو میری سمجھ نہیں آؤں گی ہاں میں میڈل تے اڈیا میں سرائیکی بولنا تو وہ نہ سمجھا سی پنجابی سدھی جی گل ہے تے وہ میں سلاح لوں گا ہوں پتا لگتا ہے پچھلے بندیاں کولوں اگو اگ بندے داد دینا نا ایک پاس بیٹے مشکوک ہو جاندے زمین ڈنگ والی بارش نہیں زمین ایکو جی ہونی چاہیے داد دے ہون تے سارے دے ایک پاس ہونی ہو پتہ لگتا ہے کھڑے 25 بندے شاہ دے نال اچھا جناب میری گل اتے اعتبار ہونا چاہیے میری گل اتے اعتبار ہونا چاہیے میری گل اتے چاچا توجہ چڑیاں داڑیاں والے چیٹے والا والے بزرگ میری گل اتے ہونا چاہیے میری گل اتے اعتبار اعتبار کرنا چاہیے میں سید ہاں امام حسین دا ذاکر ہاں اعتبار کرنا چاہیے میری گل اعتبار ہونا چاہیے نال سچا دلوں پیار ہونا چاہیے سارے نے تائید فرمائی میرا دل کھل گئے میں بیٹھے کسی مکتبہ فکر دے بچے نو کیوں آکھاں وہ بھی میری اولاد ہے تسا میری اولاد ہو تسا میری اولاد ہو تہاڈے تے میرے حق ہیں جڑے نوجوان بچے بیٹھے ہو تہاڈے تے میرا حق ہے میں سید ہاں امام حسین دا ذاکر ہاں تہانوں ہی تے میں آکھنا ہے بڑی توجہ دے نال سننا ہے ہر ویلے آگ نہ اے پیر میرا غازی شمار ہونا چاہیے سچے غلام شمار ہونا چاہیے راجے دا مرید وفادار ہونا چاہیے کیا بات ہے علی 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 اچھا بیٹے ایک اور میں تمہیں گل دساں ماشاء اللہ جیڑا کسی حسد کرتا ہے نا وہ اپنے آپ تو کمزور سمجھ اندر نالوں اپنے آپ کمزور سمجھ
ਮੈਨੂੰ ਹਸਦ ਨਹੀਂ, ਮੈਂ ਸਿਰਫ ਇਸ ਮਿੰਬਰ ਤੇ ਸੱਚੀ ਗੱਲ ਕਰਨ ਦਾ ਆਦੀ ਹਾਂ। ਛੇਵਾਂ ਇਮਾਮ ਇਮਾਮ ਸਾਦਤ ਉਹ ਮੇਰਾ ਇਮਾਮ ਫਰਮਾਇੰਦਾ ਸਾਡੇ ਮਿੰਬਰ ਤੇ ਬੱਚਿਆਂ ਨੂੰ ਨਾ ਆਉਣ ਦੇ ਜਿਨ੍ਹਾਂ ਨੂੰ ਵਾਜਬ ਤੇ ਮੁਸਤਹਬ ਦਾ ਪਤਾ ਨਾ, ਉਹਨਾਂ ਬੱਚਿਆਂ ਨੂੰ ਪ੍ਰੋਫੈਸ਼ਨਲ ਨਾ ਬਣਾਓ, ਨਾ ਉਹ ਪੜ੍ਹ ਸਕਣਗੇ ਨਾ ਉਹਨਾਂ ਦਾ ਮੁਸਤਕਬਿਲ ਬਣ ਸਕੇ। ਤੇ ਇਮਾਮ ਮਨਾ ਕਰਦਾ ਤੇ ਬਾਨੀ ਕਿਉਂ ਬੁਲਾਉਂਦਾ? ਅਲੀ ਅਬਾਸ ਅਸਕਰੀ ਨਾਲ ਜੋ ਹੋਈ ਪਤਾ ਲੱਗ ਗਿਆ ਜੀ। ਐਵੇਂ ਹੁੰਦਾ ਜੇ ਬਾਲਾਂ ਦਾ ਬਾਲ ਹੁੰਦਾ ਲਕੀਰ ਦਾ ਫਕੀਰ, ਉਹਦੀ ਸੋਚ ਕੋਈ ਨਹੀਂ ਹੁੰਦੀ। ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ। ਨਿੱਕੇ ਨਿੱਕੇ ਬੱਚੇ ਆ ਗਏ ਤੇ ਉਹ ਜਨਾਬ ਖਰਾਬੀ ਕਰ ਰਹੇ ਤੇ ਮੈਂ ਆਪਣਾ ਮਜ਼ਹਬ ਬੜਾ ਤਹਾਰਤ ਵਾਲਾ ਇਹਨੂੰ ਮਹਿਫੂਜ਼ ਕਰੋ, ਇਹ ਮਿੰਬਰ ਨੂੰ ਅੱਲਾਹ ਤੁਹਾਡੀ ਜ਼ਿੰਦਗੀ ਕਰੇ। ਮੈਂ ਹੁਣ ਬਾਨੀਆਂ ਨੂੰ ਹੱਥ ਬੰਨ ਕੇ ਤੇ ਮੋਮਨਾਂ ਨੂੰ ਹੱਥ ਬੰਨ ਕੇ ਮਿੰਨਤ ਕਰਦਾ ਪਿਆ, ਬਾਨੀ ਨੂੰ ਉਜਾੜੋ ਨਾ, ਬਾਨੀ ਇਸ਼ਤਿਹਾਰ ਲਾ ਦੇਵੇ ਫੜਨ ਵਾਲੇ ਜਿਹੜੇ ਵੀ ਹਨ, ਨੀਅਤ ਬਣਾ ਜੋ ਜ਼ਿਕਰ ਹੁਸੈਨ ਸੁਣਨ, ਨੀਅਤ ਬਣਾ ਜੋ ਬਤੂਲ ਨੂੰ ਪੁਰਸਾ ਦੇਵਣ, ਬਾਨੀ ਨੂੰ ਤਾਂ ਨਹੀਂ ਨਾ ਮਾਰੀ ਰੱਖਿਆ ਕਰ। ਫਲਾਣਾ ਨਹੀਂ ਆਇਆ, ਉਜਾੜ ਵਾਲਾ ਨਹੀਂ ਆਇਆ, ਵਸੀਮ ਨਹੀਂ ਆਇਆ, ਉਹ ਵਿਚਾਰਾ ਕੀ ਕਰੇਗਾ? ਤੁਹਾਡੇ ਤਾਹਨੇ ਸੁਣ ਕੇ ਫਿਰ ਉਹਨੇ ਭਾਂਡੇ ਹੀ ਵੇਚਣੇ। ਤਵੱਜੋ, ਮੈਂ ਸੱਯਦ ਹੋ ਕੇ ਮਿਹਨਤ ਕਰਦਾ ਪਿਆ ਜੇ ਰਲੋ ਤਾਂ ਤਵੱਜੋ ਦੇ ਨਾਲ ਸੁਣਨਾ। ਮੋਮਨ ਤੇ ਬਾਨੇ ਸਾਰੇ ਕਰੋ ਇਤਫਾਕ, ਮਿਹਨਤ ਕਰਦਾ ਪਿਆ ਤੁਹਾਨੂੰ ਮੁਸ਼ਤਾਕ, ਕੋਈ ਹੈ ਦਿਲ ਚ ਗੱਲ ਆਈ? ਮੋਮਨ ਤੇ ਬਾਨੀ ਸਾਰੇ ਮਿੰਬਰ ਦਾ ਕੁਝ ਕੰਮ ਯਾਰ ਹੋਣਾ ਚਾਹੀਦਾ, ਮਿੰਬਰ ਦਾ ਕੁਝ ਕੰਮ ਯਾਰ ਹੋਣਾ ਚਾਹੀਦਾ, ਜ਼ਾਕਿਰ ਦਾ ਚੰਗਾ ਕਿਰਦਾਰ ਹੋਣਾ ਚਾਹੀਦਾ, ਮੇਰੀ ਗੱਲ ਬਾਹਰ ਹੋਣਾ ਚਾਹੀਦਾ। ਸਲਾਮ ਯਾ ਹੁਸੈਨ ਸਲਾਮ ਲੱਖ ਵਾਰ, 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 ਸਲਾਮ ਸਲਾਮ ਯਾ ਹੁਸੈਨ ਸਲਾਮ ਲਖਵਾਰੇ। ਇਹ ਵਿੱਚੋਂ ਟ੍ਰੈਂਡ ਚੱਲਿਆ ਹਾ, ਜਦੋਂ ਮੈਂ ਕਸੀਦਾ ਪੜ੍ਹਿਆ ਨਾ ਉਦੋਂ ਟ੍ਰੈਂਡ ਚੱਲਿਆ ਹਾ, ਗੱਡੀਆਂ ਦੀਆਂ ਸਕਰੀਨਾਂ ਤੇ ਲਿਖਿਆ ਹੁੰਦਾ ਸਲਾਮ ਯਾ ਹੁਸੈਨ, ਤੇ ਮੈਂ ਵੀ ਲਿਖਾ ਲਿਆ। ਮੁਰੀਦ ਕੇ ਮਜਲਸ ਪੜ੍ਹੀ, ਇੱਕ ਮੋਮਨ ਆਖਿਆ ਮੈਨੂੰ ਇਲਾ ਹੀ ਚੱਲੋ, ਮੈਂ ਬਹਿ ਜਾਓ ਗੱਡੀ ਤੁਹਾਡੀ ਬਹਿ ਗਿਆ, ਤੈਨੂੰ ਕਿਹਾ ਪਿੱਛੇ ਕੀ ਲਿਖਾਇਆ ਹੋਇਆ? ਮੈਂ ਕਿਹਾ ਸਲਾਮ ਯਾ ਹੁਸੈਨ, ਉਸ ਆਖਿਆ ਤੇ ਤੈਨੂੰ ਜ਼ਿੰਦਗੀ ਨਹੀਂ ਪਿਆਰੀ, ਜ਼ਮਾਨਾ ਦੁਸ਼ਮਣ ਏ। ਇਲਾਮਾ ਨਾਸਰ ਸ਼ਹੀਦ ਹੋਇਆ, ਅੱਲਾ ਦਰਜਾਤ ਬੁਲੰਦ ਕਰੇ। ਉਸ ਆਖਿਆ ਸ਼ਾਹ ਜੀ ਤੁਸੀਂ ਵੀ ਸਾਡੀ ਕੌਮ ਦਾ ਸਰਮਾਇਆ ਹੋ ਤੇ ਮਿਹਰਬਾਨੀ ਫਰਮਾਓ, ਆਪਣੇ ਨੰਬਰ ਬਚਾਇਆ ਕਰੋ, ਗੱਡੀ ਦੇ ਨੰਬਰ ਬਦਲਿਆ ਕਰੋ, ਤਾਂ ਕਿ ਲੋ ਸਾਲ ਬਾਅਦ ਬਦਲਣੀ ਪਊਗੀ। ਤਵੱਜੋ ਹੈ, ਅੱਲਾ ਤੁਹਾਡੀ ਜ਼ਿੰਦਗੀ ਕਰੇ। ਮੈਂ ਆਖਿਆ ਮੇਰੇ ਕੋਲ ਪੁੱਛੇ ਤਾਂ ਮੇਰੀ ਨੀਅਤ ਕਿਆ? ਉਹਨੇ ਆਖਿਆ ਨੀਅਤ ਕਿਆ ਹੈ? ਮੈਂ ਆਖਿਆ ਕੋਈ ਮੁਨਕਰ ਮੁਕਰੂ ਗੱਡੀ 'ਚ ਬੈਠਾ ਹੋਵੇ, ਮੈਂ ਓਵਰਟੇਕ ਕਰਾਂ, ਮੇਰੀ ਗੱਡੀ ਦੇ ਪਿੱਛੇ ਕਮ ਸੇ ਕਮ ਮੁਕਰੂ ਵੀ ਪੜਦੇ, ਤਾਂ ਸੀ ਸਲਾਮ ਯਾ ਹੁਸੈਨ ਸਲਾਮ ਲਖਵਾਰੇ, ਸਲਾਮ ਯਾ ਹੁਸੈਨ ਸਲਾਮ ਲਖਵਾਰੇ। ਉਹ ਮੁਸਲਮਾਨ ਵਾਹ ਵਾਹ, ਹੁਸੈਨ ਹਰ ਗੈਰਤਮੰਦ ਬੰਦੇ ਦਾ ਇਮਾਮ ਹੈ,
बेशक बेशक अंग्रेज आदे हुसैन डेथ इज नो डेथ बट इज द ओनली स्पिरिट ऑफ इस्लाम हुसैन दी मौत मौत नहीं है इस्लाम दी रूह है इस्लाम दी रूह है देवी रूह कुमारा दी है अगर हुसैन भारत में पैदा होता पर्दा में उतारा जाता यो चांद बनी हाशम का धोखा से न मारा जाता चौखट पे माथे झुकते दिन रात पूजा होती हमारे देश में भगवान पुकारा जाता हिंदू हिंदवानियां कठी हो रूप कुमारी मुसलमाना का गुरु है अपने ड्रैंग रूम दे तू क्यों ना लिखी बैठी है हाथ बन के आ दिए सारिया हिंदवानियां हिंदू मथे ते हथ रख के इस बादशाह नु आखो सलाम या हुसैन सलाम या हुसैन किताब है शाहनामा करबला फूल नगर आलो शाहनामा करबला जो साडे पिंडां च पंजाबी पढ़न आले डेरे च बह के लोगां नूं मुहर्रम दे विच शाहनामा करबला सुनांदे वो शायर जिहड़ा दैम इकबाल है दैम इकबाल चिट्टा अनपढ़ अंगूठा अंगूठा लांदा है दस्तखत नहीं कर सकदा तो शायर का अपना एक मिजाज होंदा तवज्जो है ना माशाल्लाह उंदी मिजाज तुहानू एक सुनाऊंगा जे तवज्जो करो तां माशाल्लाह वो दैम इकबाल अल्लाह नु सिद्धा हो गया ओ कदे कदे मलांगे में कर लेंदे अल्लाह नु प्यादा है तड़ी दोजख दी देवे ता दे सकदा वाह 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 भाई वाह क्या बात वाह 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 क्या पहली गाली बड़ी सोहनी सुनी आदा अल्लाह नु प्यादा तड़ी दोजख दी देवे ता दे सकना है खिता जन्नत दा ज़ैनब दे वीर दा है आया मेरे आला वो मुल ले बैठे मिनट पढ़न तो बाद चल गया हाय रे वाह वाह चूंकि कचरा होंदा है बीबियां पाक दामना मैं बड़े दूर तो आ रहा हूँ एक मजलिस का मैं वादा किया है कि मैं एक मजलिस पढ़ांगा लाहौर जा रहा ही बंदे बिच काफी बैठे गड्डी एक हाई कोई मॉडल पता नहीं केड़ा हां ड्राइवर नु सद्या मैं लाहौर ले चलिया मैं इो जेन चाहे पिछे बैठे पढ़ के आक्षण सलाम मेरा हाल बैठा हो गया मैं कान चवड़ी जी दस दिता अल्लाह थोड़ी जिंदगी करे लोग जन्नत का डंडोरा फिटी खलोते हैं अल्लाह की कायनात विच बसीरपुरों उठिया ते सिंध दे हिस्से कुछ वेख ते कोट डीजी तक वोट की तक हैदराबाद सारे इलाके वेख पंजाब दे मैं सारे एरिए वेखे बावल नगर वाले कोई जाकर नहीं जाता मैं जाना वो दे यजीद दे नाते मस्जिद हैं लेकिन मैं जाना जिथे कोई ना जावे मैं जाना जिथे कोई ना जावे मैं जाना पहाड़ा च गया अटक तक गया आजाद कश्मीर तक गया आजाद कश्मीर गड्डी च बैठा इस पासे खाई आई ते मैं ही वेख्या ते मैं आई हो गया अगर पहुंच गए जिसले पहुंच गए उन्होंने ख्याल जी हूं चलिए मजलिस पढ़ लिया उन्होंने आप पहाड़ी ते गए सन ते इमाम बरगाह भी पहाड़ी ते अगली पहाड़ी ते बना
ਉਹ ਮੈਨੂੰ ਦੋ ਸੋਧੀਆਂ ਨੇ ਹੱਥ ਪਕੜ ਕੇ ਲੈ ਗਏ, ਸਾਹ ਨਾਲ ਸਾਹ ਨਾਲ ਰਲਿਆ ਉੱਥੇ ਬਹਿ ਗਿਆ। ਮੈਂ ਕਿਹਾ ਕੋਈ ਹੋਰ ਬੰਦਾ ਫੜਾਓ, ਮੈਂ ਥੋੜਾ ਜਿਹਾ ਸਾਹ ਲੈ ਲਿਆ। ਉਹ ਮੈਂ ਸਾਹ ਲੈ ਲਿਆ ਤੇ ਐਸਾ ਜ਼ਾਕਰ ਮੈਂ ਸਪੀਕਰ ਚ ਹੀ ਪਿਆ ਖਾਂ, ਮੇਰੀ ਜ਼ਿੰਦਗੀ ਦੀ ਪਹਿਲੀ ਔਰ ਆਖਰੀ ਮਜਲਿਸ ਹੈ, ਮੈਂ ਕੋਈ ਨਹੀਂ ਆਵਾਂ। ਲੇਕਿਨ ਮੈਂ ਜਿਹੜਾ ਸਰਵੇ ਕੀਤਾ ਇੱਕ ਅੱਲਾ ਦੀ ਕਾਇਨਾਤ ਚ ਅਨੈਤ ਜਾਫਰੀ, ਜਿਸ ਬੰਦੇ ਵਜ਼ੂ ਕਰਕੇ ਮਸੀਤ ਦਾ ਮੂੰਹ ਨਹੀਂ ਨਾ ਵੇਖਿਆ, ਉਹ ਵੀ ਆਂਦਾ ਮਾਰੇ ਘਰ ਵੀ ਹੋ ਜਾਏ ਚਿਰਾਗ ਯਾਰ ਸੋਧਾ। ਕੋਈ ਐਸਾ ਬੰਦਾ ਨਹੀਂ ਜਿਹਨੇ ਬੂਹੇ ਤੇ ਬੋਰਡ ਲਾਇਆ ਹੋਵੇ ਮੈਂ ਵੀ ਜਨਮੀ ਹਾਂ ਅਲਹਮਦੁਲਿਲਾ, ਤੇ ਮੇਰਾ ਘਰ ਵਾਲਾ ਟੱਬਰ ਸਾਰਾ ਜਨਮੀ ਆ। ਹਰ ਬੰਦਾ ਜੰਨਤ ਦਾ ਮੁਤਲਾਸ਼ੀ ਹੈ, ਹਰ ਬੰਦਾ ਜੰਨਤ ਚਾਹੁੰਦਾ ਹੈ ਭਾਈਜਾਨ, ਹਰ ਬੰਦਾ ਜੰਨਤ ਦੀ ਡਿਮਾਂਡ ਕਰਦਾ ਹੈ। ਆਓ ਮੈਂ ਜਨਾਬੇ ਮੁਹੰਮਦ ਮੁਸਤਫਾ ਦੀ ਗੱਲ ਸੁਣਦਾ ਪਿਆ, ਬੜੀ ਤਵੱਜੋ ਨੇ ਆਖਿਆ ਹੈ ਨਬੀ ਪਾਕ ਦਾ ਮੇ ਸੁਖ ਜਾਨ ਦਾ ਜਿਹੜਾ ਜਿਹੜਾ ਬਾਣੇ ਗੇੜਾ ਮਾਤ ਮੇ ਹੁਸੈਨ ਦਾ। ਤੇਰੇ ਤੋਂ ਜਾਨ ਹੀ ਕੁਰਬਾਨ, ਤੇ ਵਿਚਾਰਾ ਕੋਈ ਖੋਤੀ ਰੇੜੀ ਤੇ ਗਰੀਬ ਹੋਵੇ ਤੇ ਉਹਨਾਂ ਨਸ਼ਾ ਚੱਲ। ਅੱਲਾ ਦੇ ਬੰਦੇ ਹੋ, ਕੁਰਾਨ ਵਿੱਚ ਸਿਰਫ ਉਹਨਾਂ ਦਾ ਇਤਰਾਮ ਹੈ, ਮੁਹੱਬਤ ਹੈ, ਭਾਵੇਂ ਕੋਈ ਬਿਲਡਿੰਗ ਵਾਲਾ ਹੋਵੇ ਤੇ ਭਾਵੇਂ ਕੋਈ ਗਰੀਬ ਹੋਵੇ, ਇਤਰਾਮ ਬਰਾਬਰ ਹੈ। ਆਓ ਮੈਂ ਤੁਹਾਨੂੰ ਦੱਸਾਂ, ਬੰਦਿਆਂ ਦੀ ਨੇਚਰ ਹੈ ਨਾ ਫਿਤਰਤ, ਅੱਲਾ ਜੀ ਆਖਿਆ ਬੰਦਿਆਂ ਦਾ ਸੋਚ ਛੋਟੀ ਹੈ, ਇਹਨਾਂ ਬੰਦਿਆਂ ਦਾ ਜ਼ਿਹਨ ਛੋਟਾ ਹੈ। ਅੱਲਾ ਜੀ ਕਿਹਾ ਹਾਂ ਬੰਦੇ ਛੋਟੇ ਹਨ, ਗੱਡੀ ਚੰਗੀ ਨਾ ਹੋਵੇ, ਕੱਪੜੇ ਚੰਗੇ ਨਾ ਹੋਵੇ, ਲਿਫਟ ਕੋਈ ਨਹੀਂ ਕਰਦਾ। ਆਓ ਮੈਂ ਇੱਕ ਐਸਾ ਬੂਆ ਵਿਖਾਵਾਂ ਜਿਹੜਾ ਨਾ ਕੱਪੜੇ ਚੰਗੇ ਵੇਂਦਾ ਏ, ਨਾ ਰੰਗ ਚਿੱਟਾ ਵੇਂਦਾ ਏ, ਨਾ ਰਕਬੇ ਵੇਂਦਾ ਏ, ਭਾਵੇਂ ਕੋਈ ਗੱਲ ਕਰਬਲ ਜਾਵੇ ਉਹਨੂੰ ਮਿਲ ਸਰਾਬੇ। ਇੱਥੇ ਬੈਠਾ ਐਵੇਂ ਸਵਾਬ ਨਹੀਂ, ਇੱਥੇ ਬੈਠਾ ਇਤਨੀ ਸ਼ਾਨ ਮੇਰੀਆਂ ਤਰੋਂ ਦਿਨਾਂ ਦੀਆਂ ਤਸੀਆਂ ਬਹਿਣਾ ਗਰੀਬ ਦਾ ਸਲਾਮ। ਅੰਮਾ ਫਿਜ਼ਾ ਮੇਰੇ ਭਰਾ ਨੂੰ ਆਖ ਅੰਦਰ ਆਵੇ, ਬੀਬੀ ਫਿਜ਼ਾ ਦੀ ਹੁਸੈਨ ਅੰਦਰ ਆ, ਕਿਵੇਂ ਆਵਾਂ ਜ਼ਖਮਾਂ ਨਾਲ ਚੂਰ ਹਾਂ, ਵੱਡੀਆਂ ਵੇਖ ਕੇ ਬਰਦਾਸ਼ਤ ਕਰ ਲੈ ਸਨ, ਮਾਤਾ ਮੇਰੀ ਸ਼ਕੀਨਾ ਨਾ ਮਰ ਜਾਵੇ। ਬੀਬੀ ਦੇ ਕੇ ਆਦੀ ਮੈਂ ਅਲੀ ਦੀ ਪੋਤਰੀ ਹਾਂ, ਮੈਂ ਹੱਥਾਂ ਨਾਲ ਜ਼ਖਮ ਧੋਂਦੀ ਹਾਂ, ਮੈਂ ਪੁੱਟੀਆਂ ਮੰਨਦੀ ਹਾਂ, ਬਾਬਾ ਮੈਂ ਮੁਸ਼ਕਲ ਕੁਸ਼ਾਹ ਦੀ ਪੋਤਰੀ ਹਾਂ। ਅੰਦਰ ਆਇਆ ਏ ਸਾਰੇ ਬਾਲ ਹੁਸੈਨ ਕੋ ਵੇਖ ਗਏ ਜਾਫਰੀ, ਬਾਲ ਜਾਨੂਆਂ ਤੇ ਬੈਠ, ਕੋਈ ਸੀਨਾ ਚੁੰਮਦਾ ਹੈ, ਕੋਈ ਮੋਢੇ ਚੁੰਮਦਾ, ਕੋਈ ਬਾਜ਼ੂ ਚੁੰਮਦਾ, ਫੁੱਲ ਨਗਰ ਵਾਲੇ ਉਹ ਹੁਸੈਨ ਪਿਆਰ ਬੈਠਾ ਕਰੇਂਦਾ। ਸੱਕੀ ਧੀ 4 ਸਾਲਾਂ ਦੀ ਸੈਯਦਾਦੀ, 7 ਕਦਮ ਦੂਰ ਖੜੀ ਹੈ, ਪਿਓ ਦੇ ਕਰੀਬ ਨਹੀਂ ਆਉਂਦੀ। ਜਨਾਬੇ ਫਿਜ਼ਾ ਦੀ ਆਵਾਜ਼ ਆਈ ਏ ਬਾਬਾ ਲਾਜ਼ਰ ਦਾ ਮਹਿਮਾਨ, ਤੂੰ ਵੀ ਬਾਬੇ ਨੂੰ ਮਿਲ, ਹੱਥ ਬਨ ਕੇ ਆਦੀ ਏ ਦਾਦੀ, ਮੇਰਾ ਬਾਬਾ ਉਹਨਾਂ ਬਾਲੋ ਨਾਲ ਪਿਆਰ ਪਿਆ ਕਰਦਾ ਜਿਨ੍ਹਾਂ ਦੇ ਬਾਬੇ ਮਾਰੇ ਗਏ, ਜਿਹੜੇ ਬਾਲ ਯਤੀਮ ਹੋ ਗਏ ਉਹਨਾਂ ਬੱਚਿਆਂ ਨੂੰ ਪਿਆਰ ਕੀਤਾ। ਬਤ ਕੋਲ ਆਖਿਆ ਦੀ ਮੇਰਾ ਉਮਰ ਦਾ ਮਹਿਮਾਨ ਬਾਬਾ, ਮੇਰਾ ਜ਼ਖਮੀ ਬਾਬਾ, ਮੇਰਾ ਕਹਿ ਨੂੰ ਕੁਝ ਨਾ ਆਖਣ ਵਾਲਾ ਬਾਬਾ, ਦੱਸ ਮੇਰੀ ਧੀ ਕੇ ਆਖਣਾ ਚਾਹਨੀ। ਆਵਾਜ਼ ਆਉਂਦਾ ਬਾਬਾ ਅਸਾਂ ਤੇਰੀਆਂ ਤਰਾਏ ਧੀਆਂ,
मदीना छड़ाई सुगरा दे हिस्से विच विछोड़ा दित्ताई करबला आए मेरी वड्डी भैन कुबरा दे हिस्से विच लंडे पड़ी तई बाबा मैं तेरी छोटी धीआ इमाम अपने हथां दे नाल रे चाहिए धी दे सरज पा के दे सकीना तेरे हिस्से विच यतीमी है बाबा अगर तुसा नहीं आना मैं तो तुहाडे सीने ते समदी आ तुसा नहीं आना मैं समणा कित्थे सैयदादे ते मारुबा कुल सन बाबा मेरी मारुबा कुल ता असगर सन सी आवाजां दे राती तेरी मां नाल मेरा सौदा हो गया असगर मेरे कोल सन सी तू मां कोल सन सी मेरी मां नूं पारत दित्ती वञो सजे हाथ दे नाल धी दा हाथ नपिया खब्बे हाथ दे नाल रुबाब दे खैमे दा पर्दा टाए जिवें पाक सैन रुबाब खड़ी आई मोड़े ते मेरे इमाम हाथ रखे आए रो के मेरा इमाम आदा मेरे ढल्ले होए बख्त च साथ दिताई इस्लाम दी नेक तनी मेरी चौं साला दी जहरा है मेरे सीने दा था ख्याल रखे बाजार विच मेरे घर की कीमत सर जिक्का ना करे मैं वो जाकिर नहीं कि मैं आखा रोवन ना आवे ते कंड कर पाओ मैं तेन आखा रोवन ना आवे ते गुनाह दी माफी मांग मैं आखा तेन रोवन ना आवे तू उठ जा शरीफ शरीफा दी गल तवज्जो नाल सुन बंदियां दी किस्मां होंदियां ने किसे दा दिल रोंदा है किसे दी अखां च पानी आ जांदा है कई दर्दीले लोग होंदे ने उहनां दी बेसाख्ता कूक निकल जांदी है मैं गवाही पे देना अज रात दा वेला है तेरे तो वड्डा शरीफ कोई नहीं जिहड़ा तू मिट्टी ते बैठा है जिन्हां दे उजड़न दी दास्तान सुणेंदा पिया शराफत उहनां दे बूहे दा तवाफ कर दी है तुसां सर चाहो वक्त मेरे इमाम हकल दित्ती है मेरी प्यारी नूं थोड़े बंदे आए प्यारी नूं नौजवान बेटे हो किन्नियां नौं हन तेरे मुर्शिद दी अली अकबर दी तां जंज नूं लुट पै गई उहदी तां जंज नहीं चढ़ सकिया इको नूं आई जिहड़ी हसन अलैहि सलाम दी धी है शहज़ादे कासम दी सखी बहन है नां उहदा फातिमा कुबरा जिहड़ी जनाबे सज्जाद दे घर आली बाकर तो लैते आखरी मोहम्मद तक सारिआं दी मां है हुण समझ गए हो तुहाडे वास्ते मेहनत कीती है मेरी प्यारी नूं जी चाचा वारस दा के हाल है राती तुसी नहीं फरमाया कि सज्जाद तेरा करबला च हिस्सा कोई नहीं तैं फुफियां दे रले शाम जावना है उस वेले दा बिस्तर ते तड़पदा पे रो रो के आदे हाय शाम ना होवे आ शाम अपने वारस कोल घिनवाए चाचे को नाल लै के मेरा इमाम पुत्र दे कोल आए चमड़े दे बिस्तर ते सुता पिया मेरे इमाम ने बेटे नो मोड़िया तो पकड़े ऐ देखो मेरे पासे इवें सज्जाद नु उठाना शुरू कीता तेरा चौथा इमाम उठेंदा गया मजलूम हुसैन उठेंदा गया जिले सज्जाद मौला उठ खड़े हैं सज्जाद मौला दी कांड अपने सीने नाल लाई सज्जे पासे ते बोसा दित्ते आवाज आंदा अखां खोल बाबा तेरे नाल कोई गल्ला करन आए सज्जाद मौला दी अखां खुलियां ते मेरा इमाम रो के आदा बुनियाद मैं दी जिंदगानी दी तस्कीन हुसैन दे हानी ते कुंडल वल फार तड़ंदा है ना उजड़ गईयां फुफे जुलझना गया
ਅਸੀਂ ਕੋਈ ਕਮਲੇ ਨਹੀਂ ਅਸੀਂ ਕੋਈ ਝੱਲੇ ਨਹੀਂ ਮੈਂ ਆਪਣੇ ਟਾਈਮ ਨੂੰ ਮੱਦੇਨਜ਼ਰ ਰੱਖਦਾ ਹੋਇਆ ਮਜ਼ਮੂਨ ਨੂੰ ਕੁੰਜੀ ਖਲੋਤਾ ਜ਼ਾਕਿਰ ਉਹ ਨਹੀਂ ਹੁੰਦਾ ਜਿਹੜਾ ਸਾਰਾ ਪਕਾਈ ਵਾ ਪੜ੍ਹੇ ਮਕਸਦ ਹੈ ਜਨਾਜ਼ਾ ਆਵੇ ਤੇ ਰੋਣੀਆਂ ਹੀ ਅੱਖਾਂ ਨਾਲ ਮੈਂ ਵੈਸੇ ਜਿਤਨੀ ਵੀ ਜਲਦੀ ਕਰ ਲਵਾਂ ਨਾ ਬਸ ਵੀ ਸਕੀਨਾ ਯਤੀਮ ਭਾਈ ਜਾਨ ਮੈਂ ਅੱਖਾਂ ਨਾਲ ਲਿਖੇ ਹਰ ਕਿਸੇ ਨੂੰ ਜਲਦੀ ਹੁੰਦੀ ਹੈ ਸੈਦ ਹੋਣ ਗੈਰ ਸੈਦ ਹੋਣ ਲੱਗਦੇ ਹੋਣ ਰਿਸ਼ਤੇਦਾਰ ਹੋਏ ਹਰ ਕੋਈ ਆਦਾ ਜਲਦੀ ਕਰੋ ਜਨਾਜ਼ਾ ਪੜਾਓ ਦਫ਼ਨ ਕਰੋ ਅਸਾਂ ਵਾਪਸ ਵੰਜਣਾ ਸਾਨੂੰ ਜਲਦੀ ਹੈ ਅਸਾਂ ਵਾਪਸ ਵੰਜਣਾ ਮੈਨੂੰ ਮਿੰਬਰ ਦੀ ਕਸਮ ਹੈ ਮੈਂ ਬਿਰਾਦਰੀ ਵਾਲਾ ਮੈਂ ਦੋਸਤਾਂ ਵਾਲਾ ਹਰ ਕਿਸੇ ਨੂੰ ਜਲਦੀ ਆਉਂਦੀ ਹੈ ਲੇਕਿਨ ਧੀਆਂ ਤਾਂ ਪਿਓ ਦੀ ਮੰਜੀ ਦਾ ਪਾਵਾ ਵੀ ਛੱਡਦੀਆਂ ਰੋ ਕੇ ਆਦੀਆਂ ਨੇ ਸਾਡਾ ਪੇਕਾ ਬੁਆ ਬੰਦ ਪਿਆ ਹੈ ਦਰਜਾਤ ਬੁਲਾਉਂਦਾ ਮੈਂ ਕਿਬਲਾ ਸੁਲਤਾਨ ਦਾ ਖਿਲਦੇ ਅਹਿਮਦ ਬਖਸ਼ ਭੱਟੀਆਂ ਦਾ ਹਾ ਭਾਵੇਂ ਪੁੱਤਰਾਂ ਦੀ ਮੌਤ ਖਾ ਗਈ ਭਾਵੇਂ ਫਿਰਾਵਾਂ ਦੀ ਮੌਤ ਕਮਰ ਤਰੋੜ ਗਈ ਕਾਤੀ ਹੁਸੈਨ ਤਰਾਏ ਹੁਲਾਰੇ ਲੈ ਕੇ ਜ਼ੁਲਜਨਾ ਤੇ ਸਵਾਰ ਹੋਏ ਜ਼ੁਲਜਨਾ ਨੂੰ ਆਰਡਰ ਦਿੱਤਾ ਟੁਰ ਉਹ ਤੁਰਿਆ ਨਹੀਂ ਮੇਰਾ ਇਮਾਮ ਆਦਾ ਮੈਂ ਸਮਝ ਗਿਆ ਮੇਰੇ ਪੁੱਤਰ ਮਾਰੇ ਗਏ ਮੇਰੇ ਅਸਹਾਬ ਮਾਰੇ ਗਏ ਮੇਰੇ ਬਿਰਾਮ ਮਾਰੇ ਗਏ ਹੁਣ ਤੂੰ ਜਵਾਬ ਦਿੰਦਾ ਪਿਆ ਆਪਣੀ ਬੋਲੀ ਚ ਬੋਲ ਕੇ ਆਦਾ ਹੈਵਾਨ ਜ਼ਰੂਰ ਹਾਂ ਬੇਵਫਾ ਨਹੀਂ ਆ ਮੈਂ ਤੇਰੀ ਮਾਂ ਦੀ ਚਾਦਰ ਦੇ ਵਿੱਚ ਜਿਉਂ ਖਾ ਕੇ ਪਲਦਾ ਰਿਹਾ ਲੇਕਿਨ ਮਜਬੂਰੀ ਬਣ ਗਈ ਪੈਰਾਂ ਵਾਲੇ ਪਾਸੇ ਦੇਖ ਹੁਸੈਨ ਪੈਰਾਂ ਵਾਲੇ ਪਾਸੇ ਡਿੱਠਾ ਹੈ ਸਕੀਨਾ ਸੁਭ ਨਾ ਪਿਆ ਦੀ ਪੀ ਨਾ ਘੇਨਵਾਨ ਸਾਰੇ ਮਰ ਗਏ ਮੇਰਾ ਬਾਬਾ ਮਾਰਿਆ ਵੇ ਸੀ ਮੈਂ ਯਤੀਮ ਹੋਏ ਸਾਂ ਅੰਮਾ ਫਿਜ਼ਾ ਸਕੀਨਾ ਕੋ ਘੇਨਵਾਨ ਜੀ ਮੇਰੇ ਕੋਲ ਟਾਈਮ ਥੋੜ੍ਹਾ ਸ਼ੇਬੇ ਕਿਤਾਬ ਲਿਖ ਦੇਣਗੇ ਭਾਵੇਂ ਪੁੱਤਰਾਂ ਦੀ ਮੌਤ ਖਾ ਗਈ ਬਿਰਾਵਾਂ ਦੀ ਮੌਤ ਕਮਰ ਤਰੋੜ ਗਈ ਬਾਤੀ ਹੁਸੈਨ ਤਲਵਾਰ ਇਤਨੀ ਚਲਾਈ ਇਤਨੀ ਤਲਵਾਰ ਚਲਾਈ ਸ਼ਾਮੀਆਂ ਨੂੰ ਸ਼ਾਮ ਦੀਆਂ ਕੰਧਾਂ ਵੀ ਖਾ ਛੋੜੀਆਂ ਭਾਈ ਜਾਨ ਤੋਹੀਦ ਦੀ ਆਵਾਜ਼ ਆਈ ਹੁਸੈਨ ਤਲਵਾਰ ਬੰਦ ਕਰ ਮੈਂ ਰਾਜ਼ੀ ਹਾਂ ਉਸ ਵੇਲੇ ਪੜਿਆ ਸੂ ਇੰਨਾ ਦਿਲਾ ਤਲਵਾਰ ਬੰਦ ਕੀਤੀ ਹੈ ਭਾਈ ਜਾਨ ਘੋੜੇ ਪਾਸਾ ਨਹੀਂ ਲਾਇਆ ਜਿਹੜਾ ਤੁਹਾਡੇ ਦਿਲ ਵਿੱਚ ਤਸਵਰ ਹੈ ਘੋੜੇ ਗੋਡੀ ਨਹੀਂ ਲਾਈ ਮੇਰਾ ਬਾਰਵਾਂ ਇਮਾਮ ਫਰਮਾਉਂਦਾ ਹੈ ਮੇਰਾ ਸਲਾਮ ਹੋਵੇ ਉਸ ਦਾਦੇ ਤੇ ਜਿਹੜਾ ਵੱਜਦੇ ਘੋੜੇ ਤੋਂ ਮੂੰਹ ਦੇ ਇਸੇ ਜਲਦਨਾ ਨੂੰ ਪਤਾ ਲੱਗੇ ਵਾਪਸ ਆਏ ਜਿਵੇਂ ਹਾਜੀ ਕਾਬੇ ਦਾ ਤਵਾਫ ਕਰਦੇ ਆਪਣੀ ਬੋਲੀ ਚ ਬੋਲ ਕੇ ਦਾ ਅਕਬਰ ਦਾ ਬਾਬਾ ਮੇਰੀ ਜ਼ੀਨ ਤੇ ਆ ਮੈਂ ਤੈਨੂੰ ਨਜਫ ਲੈ ਜਾਵਾਂ ਸੁਗਰਾ ਦਾ ਬਾਬਾ ਮੇਰੀ ਜ਼ੀਨ ਤੇ ਆ ਮੈਂ ਤੈਨੂੰ ਮਦੀਨੇ ਲੈ ਜਾਵਾਂ ਜ਼ਮਾਨਾ ਤੇਰਾ ਦੁਸ਼ਮਨ ਹੈ ਸੈਦ ਦਸਤਾਰ ਲਹਾ ਕੇ ਆਦਾ ਮੈਂ ਲੈ ਬੈਠਾ ਮੇਰੀ ਮੱਤ ਗਈ ਹੈ ਤੂੰ ਵਲ ਵਨ ਖੈਮਾ ਗੋ ਤੂੰ ਏ ਪਗ ਤਲਵਾਰ ਅਮਾਨਤ ਆਈ ਵਨ ਦੇਵੇ ਦੀਦਾਰ ਹਾ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 ਹ